ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗ ਟੈਲੀਵਿਜ਼ਨ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਇੱਕ ਖਾਸ ਮੁਲਾਕਾਤ ਵਿੱਚ ਜੀ ਆਖਦੇ ਹਾਂ। ਅੱਜ ਦੀ ਖਾਸ ਮੁਲਾਕਾਤ ਸਾਡੇ ਬੜੇ ਉੱਚੇ ਪਾਕ, ਇੱਕ ਐਸੀ ਸ਼ਖਸੀਅਤ ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਅਪਾਰ ਅਪਾਰ ਬਖਸ਼ਿਸ਼, ਜਿਨ੍ਹਾਂ ਨੂੰ ਮਹਾਰਾਜ ਨੇ ਇੱਕ ਸੇਵਾ ਲਾਈ, ਐਸੀ ਸੇਵਾ ਜਦੋਂ ਇਹ ਕੀਰਤਨ ਸਰਵਣ ਕਰਾਉਂਦੇ ਨੇ, ਜਦੋਂ ਕਥਾ ਸਰਵਣ ਕਰਾਉਂਦੇ ਨੇ, ਜਦੋਂ ਇਤਿਹਾਸ ਸਰਵਣ ਕਰਾਉਂਦੇ ਨੇ, ਤੇ ਹਰ ਇੱਕ ਨੂੰ ਉਸ ਵਿਰਸੇ ਦਾ, ਉਸ ਸਾਡਾ ਉੱਚਾ ਵਿਰਸਾ ਸਾਡੀ ਸਮਝ ਵਿੱਚ ਪੈਂਦਾ ਹੈ। ਬਹੁਤ ਉੱਚੇ ਪਾਕ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਹਨ, ਭਾਈ ਦਵਿੰਦਰ ਸਿੰਘ ਜੀ ਸੋਢੀ। ਦਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਸਮਾਂ ਕੱਢਿਆ, ਅੱਜ ਸੰਗਤ ਟੈਲੀਵਿਜ਼ਨ ਤੇ ਆਪ ਜੀ ਸਾਡੀ ਸੰਗਤਾਂ ਨਾਲ ਰੂਬਰੂ ਹੋ ਰਹੇ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਚੰਗੇ ਭਾਗ ਮੇਰੇ ਨੇ ਜੀ, ਮੈਂ ਸੰਗਤ ਟੀਵੀ ਰਾਹੀਂ ਸੰਗਤਾਂ ਨਾਲ ਕੁਝ ਸਾਂਝ ਪਾਵਾਂਗਾ। ਦਵਿੰਦਰ ਸਿੰਘ ਜੀ, ਜੀਵਨ ਦੇ ਵਿੱਚ ਆਪ ਜੀ ਦੀ ਬਹੁਤ ਵੱਡੀ ਇੱਕ ਮਾਲਕ ਨੇ ਜੋ ਸੇਵਾ ਲਾਈ ਤੇ ਬਹੁਤ ਵੱਡੀ ਦੇਣ ਹੈ। ਵਡਭਾਗੇ ਹੁੰਦੇ ਹਨ ਉਹ ਗੁਰਮੁਖ ਪਿਆਰੇ ਜਿਹਨਾਂ ਨੂੰ ਮਹਾਰਾਜ ਜੀ ਸੇਵਾ ਲਾਉਂਦੇ ਹਨ, ਤੇ ਉਹ ਸੇਵਾ ਰਾਹੀਂ ਸਮੁੱਚੇ ਸੰਸਾਰ ਵਿੱਚ ਮਹਾਰਾਜ ਦਾ ਨਾਮ ਕੀਰਤਨ ਦੇ ਭੰਡਾਰੇ ਸੰਗਤਾਂ ਦੀ ਝੋਲੀ ਵਿੱਚ ਪੈਂਦੇ ਹਨ। ਆਪ ਜੀ ਦੇ ਜੀਵਨ ਬਾਰੇ ਥੋੜਾ ਜਿਹਾ ਆਪ ਜੀ ਸੰਗਤਾਂ ਨਾਲ ਸਾਂਝ ਪਾਓ, ਪਰਿਵਾਰ ਬਾਰੇ, ਬਚਪਨ ਬਾਰੇ ਥੋੜਾ ਜਿਹਾ ਆਪਾਂ ਸੰਗਤਾਂ ਸਾਂਝ ਪਾਈਏ ਜੀ। ਮੇਰਾ ਪਿੰਡ ਹੈ ਜੀ ਬਿਲਗਾ, ਜਲੰਧਰ ਜ਼ਿਲ੍ਹੇ ਵਿੱਚ, ਦੁਆਬੇ ਦਾ ਸਭ ਤੋਂ ਵੱਡਾ ਪਿੰਡ ਜੀ। ਉਹ ਇਤਿਹਾਸਕ ਨਗਰੀ ਹੈ ਜੀ, ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਬਚਨਾਂ ਨਾਲ ਵਸੀ ਹੋਈ ਨਗਰੀ ਹੈ। ਉਸ ਇਲਾਕੇ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਹੁਰੇ ਨੇ, ਮੌਸ ਹੈ, ਤੇ ਬਿਲਗੇ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਬਰਾਤ ਰੁਕੀ ਸੀ, ਤੇ ਜਿੱਥੇ ਬਰਾਤ ਰੁਕੀ ਸੀ ਅੱਜ ਵੀ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਸਾਡੇ ਕੋਲ ਮਹਾਰਾਜ ਜੀ ਦੀਆਂ ਉੱਥੇ। ਤੇ ਉਸ ਅਸਥਾਨ ਦੇ ਨਾਲ ਜਿੱਥੇ ਬਰਾਤ ਰੁਕੀ ਸੀ, ਬਿਲਕੁਲ ਉਸ ਅਸਥਾਨ ਦੇ ਨਾਲ ਦਸਰਿਆਂ ਦਾ ਘਰ ਸੀ। ਬਚਪਨ ਤੋਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਮਿਹਰਾਂ ਸਦਕਾ ਉਸ ਅਸਥਾਨ ਨਾਲ ਪਿਆਰ ਸੀ, ਤੇ ਉਸ ਗੁਰੂ ਘਰ ਵਿੱਚ ਬਚਪਨ ਵਿੱਚ ਬਹੁਤ ਸਾਰੀ ਸੇਵਾ ਕੀਤੀ, ਤੇ ਫਿਰ ਕੀਰਤਨ ਜੋ ਸਿੱਖਿਆ ਜੀ ਹੈ, ਤੇ ਗੁਰੂ ਮਹਾਰਾਜ ਜੀ ਦੀ ਮਿਹਰ, ਕੋਈ ਪੂਰਬਲੀ ਕਮਾਈ ਹੁੰਦੀ ਹੈ ਤਾਂ ਗਾਉਣ ਵਾਸਤੇ ਕੀਰਤਨ ਮਿਲਦਾ ਹੈ। ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ, ਜੋ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਸ਼ ਸਨ, ਅਕਸਰ ਉਸ ਅਸਥਾਨ ਤੇ ਬਿਲਗੇ ਪਿੰਡ ਵਿੱਚ ਆਉਂਦੇ ਸਨ ਗੁਰੂ ਅਰਜਨ ਦੇਵ ਜੀ ਦੇ ਬਸਤਰਾਂ ਦੇ ਦਰਸ਼ਨ ਕਰਨ ਵਾਸਤੇ। ਅੱਛਾ ਜੀ। ਹਾਂ, ਉੱਥੇ ਅੱਜ ਵੀ ਸਾਡੇ ਕੋਲ ਗੁਰੂ ਅਰਜਨ ਦੇਵ ਜੀ ਦਾ ਕੁੜਤਾ ਪਜਾਮਾ, ਸਿਮਰਨਾ ਸੇਲੀ ਟੋਪੀ, ਚੰਦਨ ਦੀ ਚੌਂਕੀ ਜਿਹਦੇ ਤੇ ਮਹਾਰਾਜ ਬੈਠੇ ਸਨ, ਸਿਮਰਨਾ ਮਹਾਰਾਜ ਜੀ ਦਾ ਦੱਸ ਰਹੇ। ਬਚਪਨ ਵਿੱਚ ਕੋਈ 10 ਤੋਂ 15 ਸਾਲ ਉਸ ਅਸਥਾਨ ਦੀ ਤੇ ਉਹਨਾਂ ਵਸਤਰਾਂ ਦੀ ਸੰਭਾਲ ਕਰਦੇ ਰਹੇ, ਤੇ ਜਦੋਂ ਮਹਾਂਪੁਰਸ਼ਾਂ ਨੇ ਦਰਸ਼ਨ ਕਰਨ ਆਉਣਾ ਤੇ ਮੈਂ ਵਸਤਰਾਂ ਵਾਲੇ ਕਮਰੇ ਦੇ ਅੱਗੇ ਬੈਠਾ ਹੁੰਦਾ ਸੀ। ਇਸ ਤਰ੍ਹਾਂ ਮਹਾਂਪੁਰਸ਼ਾਂ ਨਾਲ, ਨਾਨਕਸਰ ਦੇ ਮਹਾਂਪੁਰਸ਼ਾਂ ਨਾਲ ਮੇਰੀ ਸਾਂਝ ਬਣ ਗਈ, ਤੇ ਫਿਰ ਇਹ ਜੋ ਕੀਰਤਨ ਦੀਆਂ ਦਾਤਾਂ ਨੇ, ਮਹਾਂਪੁਰਸ਼ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ, ਉਹਨਾਂ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਦੀ ਨਾਨਕਸਰ ਤੋਂ ਕੀਰਤਨ ਦੀ ਦਾਤ ਪ੍ਰਾਪਤ ਹੋਈ ਸੀ। ਬਿਲਕੁਲ, ਜਿਸ ਤਰ੍ਹਾਂ ਆਪ ਜੀ ਨਾਨਕਸਰ ਸੰਸਥਾ ਦੀ ਆਪ ਜੀ ਗੱਲ ਕਰਦੇ ਹੋ ਜੀ, ਸੰਤ ਬਾਬਾ ਈਸ਼ਰ ਸਿੰਘ, ਮਤਲਬ ਕਿੱਡੀ ਵੱਡੀ, ਮਤਲਬ ਐਸੀਆਂ ਸ਼ਖਸੀਅਤਾਂ, ਗੁਰੂ ਮਹਾਰਾਜ ਦੇ ਇਹ ਬਖਸ਼ੇ ਹੋਏ ਉਹ ਗੁਰਮੁਖ ਪਿਆਰੇ ਜਿਹਨਾਂ ਨੇ ਵੱਡੇ ਵਡੇਰਿਆਂ ਨੇ ਦਰਸ਼ਨ ਦੀਦਾਰੇ ਕੀਤੇ, ਜਨਮ ਸਫਲਾ, ਪਤਾ ਨੀ ਕਿੰਨਿਆਂ ਨੂੰ ਉਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਜੋੜਿਆ ਤੇ ਕਿੰਨਾ ਨਾਮ ਜਪਾਇਆ, ਬੜੀ ਵੱਡੀ ਦੇਣ ਹੈ ਇਸ ਸੰਸਥਾ ਦੀ। ਜੀ, ਜਿਵੇਂ ਭਾਈ ਸਾਹਿਬ ਜੀ, ਮੈਂ ਇਹ ਵੀ ਕਈ ਵਾਰੀ ਸ਼ੁਕਰ ਕਰਦਾ ਵੀ ਮੈਨੂੰ ਜਿਹੜੀ ਕੀਰਤਨ ਦੀ ਦਾਤ ਹੈ ਮਹਾਂਪੁਰਸ਼ਾਂ ਦੇ ਕੋਲੋਂ ਮਿਲੀ। ਕਿਸੇ ਹੋਰ ਵਿਦਿਆਲੇ ਵਿੱਚ ਸਿੱਖਦਾ ਮੈਂ ਸੰਗੀਤ ਦੀਆਂ ਬਰੀਕੀਆਂ ਸਿੱਖ ਸਕਦਾ ਸੀ ਵੀ ਕਿਹੜਾ ਰਾਗ ਸ਼ਾਮੀ ਗਾਉਣਾ, ਕਿਹੜਾ ਸਵੇਰੇ ਗਾਉਣਾ, ਜਿਹੜੇ ਅੰਦਰੋਂ ਭਿੱਜ ਕੇ ਕੀਰਤਨ ਕਰਨਾ ਜੋ ਮਹਾਂਪੁਰਸ਼ਾਂ ਨੇ ਸਾਨੂੰ ਸਮਝਾ ਦਿੱਤਾ, ਸ਼ਾਇਦ ਉਹ ਕਿਸੇ ਹੋਰ ਵਿਦਿਆਲੇ ਵਿੱਚ ਉਹ ਨਾ ਮਿਲਦਾ। ਹਰੇਕ ਵਿਦਿਆਰਥੀ ਆਪਣੇ ਕਾਲਜ ਵਿਦਿਆਲੇ ਦੀ ਸਿਫਤ ਕਰਦਾ, ਤੇ ਮੈਂ ਜਦੋਂ ਆਪਣੇ ਵਿਦਿਆਲੇ ਦੀ ਸੋਭਾ ਕਰਦਾ ਤੇ ਮੈਂ ਦੱਸਦਾ ਹਾਂ ਕਿ ਮਹਾਂਪੁਰਸ਼ ਸੋਝੀ ਦਿੰਦੇ ਸਨ, ਜਦੋਂ ਤੁਸੀਂ ਕੀਰਤਨ ਕਰਨਾ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ, ਇਹ ਨਹੀਂ ਸੋਚਣਾ ਵੀ ਸੰਗਤ ਥੋੜੀ ਇੱਕ ਜਾਂਦੀ ਹੈ,
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਤੁਸੀਂ ਬਾਜਾ ਖੋਲ ਕੇ ਬਹਿ ਗਏ, 33 ਕਰੋੜ ਦੇਵੀ ਦੇਵਤੇ ਗੁਰੂ ਨਾਨਕ ਦੀ ਬਾਣੀ ਸੁਣਨ ਵਾਸਤੇ ਬੈਠੇ ਹੁੰਦੇ ਨੇ। ਤੇ ਮਹਾਂਪੁਰਸ਼ ਸੋਝੀ ਦਿੰਦੇ ਸਨ ਵੀ ਤੁਸੀਂ ਇਹ ਭਾਵਨਾ ਬਣਾ ਕੇ ਕੀਰਤਨ ਕਰਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਆਪ ਗੁਰੂ ਨਾਨਕ ਹੋ ਕੇ ਤੁਹਾਡਾ ਕੀਰਤਨ ਸੁਣ ਰਹੇ ਨੇ। ਐਸੀਆਂ ਬਰੀਕੀਆਂ ਉਹਨਾਂ ਨੇ ਐਸੀ ਬਖਸ਼ਿਸ਼ ਕੀਤੀ ਜੋ ਮਹਾਂਪੁਰਸ਼ਾਂ ਦੀਆਂ ਮਿਹਰਾਂ ਸਦਕਾ ਸੰਗਤਾਂ ਵੀ ਅਸੀਸਾਂ ਦੇ ਰਹੀਆਂ। ਸਿੰਘ ਜੀ, ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਰਹੇ ਹੋ ਕਿ ਇੱਕ ਮਹਾਂਪੁਰਖ ਦੀ ਬਹੁਤ ਵੱਡੀ, ਵੱਖ ਵੱਖ ਮਹਾਂਪੁਰਖਾਂ ਦੀਆਂ ਵੱਖ ਵੱਖ ਡਿਊਟੀਆਂ ਮਾਲਕ ਲਾ ਕੇ ਭੇਜਦੇ ਹਨ, ਉਹ ਆਪੋ ਆਪਣੀ ਡਿਊਟੀ ਨਿਭਾ ਕੇ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਮਹਾਂਪੁਰਖ ਜਿੱਥੇ ਕਾਰ ਸੇਵਾ ਕਰਾਉਂਦੇ ਹਨ, ਮਹਾਂਪੁਰਖ ਐਜੂਕੇਸ਼ਨ ਕਰਾਉਂਦੇ ਹਨ, ਮਹਾਂਪੁਰਸ਼ ਕਾਲੀ ਬਹੀ ਦੀ ਸਫਾਈ, ਮਤਲਬ ਇਹ ਸਭ ਡਿਊਟੀਆਂ ਮਾਲਕ ਇਹਨਾਂ ਮਹਾਂਪੁਰਖਾਂ ਦੇ ਰਾਹੀਂ ਸੰਗਤਾਂ ਦੇ ਰੂਪ ਕਰਾਉਂਦੇ। ਬਹੁਤ ਮਹਾਂਪੁਰਖਾਂ ਦਾ ਇੱਕ ਬਹੁਤ ਵੱਡਾ ਜੀਵਨ ਵਿੱਚ, ਜਦੋਂ ਕਹਿੰਦੇ ਨੇ ਸਾਧੂ ਦੀ ਸੰਗਤ, ਆਪਾਂ ਕਹਿ ਦਿੰਦੇ ਹਾਂ ਕਈ ਵਾਰੀ ਆਪਾਂ ਸਮੇਂ ਦੇ ਹਿਸਾਬ ਨਾਲ, ਲੋਕੀ ਸਾਧੂ ਮਹਾਤਮਾ ਨੂੰ ਕਈ ਵਾਰੀ ਟਿੱਪਣੀ ਕਰਦੇ ਹਨ। ਮਾਲਕ ਨੇ ਆਪਾਂ ਨੂੰ ਬਾਣੀ ਵਿੱਚ ਵੀ ਫਰਮਾਨ ਕੀਤਾ, ਪ੍ਰਭ ਜੀ ਵਸੇ ਸਾਧ ਕੀ ਰਸ। ਮਹਾਂਪੁਰਖਾਂ ਬਾਰੇ ਆਪ ਜੀ ਨੇ ਵੀ ਜੀਵਨ ਸ਼ੁਰੂਆਤ ਤੋਂ ਸੰਗਤ ਕੀਤੀ, ਆਪ ਜੀ ਥੋੜਾ ਜਿਹਾ ਉਹਦਾ ਸ਼ੇਅਰ ਕਰੋ ਕਿ ਜੀਵਨ ਕਿਸ ਤਰ੍ਹਾਂ ਢਲ ਜਾਂਦਾ, ਕਿਸ ਤਰ੍ਹਾਂ ਆਪ ਗੁਰੂ ਦੇ ਨਾਲ ਜੋੜਦੇ ਨੇ। ਮੈਂ ਤੇ ਤੁਹਾਨੂੰ ਕੀਰਤਨ ਵਿੱਚ ਬਹੁਤ ਗੱਲਾਂ ਸੁਣਾ ਸਕਦਾ, ਮੈਂ ਤਾਂ ਆਪਣੇ ਨਾਲ ਬੀਤੀਆਂ ਦਿਲਾ ਸਕਦਾ। ਜਿੱਦਾਂ ਮੈਂ ਜੇ ਉਸ ਵਿਦਿਆਲੇ ਵਿੱਚ ਮਹਾਂਪੁਰਸ਼ਾਂ ਨੂੰ ਰਾਗ ਸੁਣਾਉਣਾ ਵੀ ਮੈਨੂੰ ਇਹ ਰਾਗ ਆਇਆ, ਤੇ ਬਾਬਾ ਕੁੰਦਨ ਸਿੰਘ ਜੀ ਕਹਿਣਾ ਸਾਨੂੰ ਰਾਗ ਨਹੀਂ ਲੱਗਾ ਹੋਇਆ, ਸਾਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਵੈਰਾਗ ਲੱਗਾ ਹੋਇਆ। ਜਿੰਨਾ ਚਿਰ ਰਾਗ ਦੇ ਵਿੱਚ ਕੀਰਤਨ ਵਿੱਚ ਵੈਰਾਗ ਨਹੀਂ ਹੈਗਾ ਗੁਰੂ ਨਾਨਕ ਦੇ ਚਰਨਾਂ ਦਾ, ਉਨਾ ਚਿਰ ਰਸ ਨਹੀਂ ਬਣਦਾ। ਸੋ ਉਹ ਮਹਾਂਪੁਰਸ਼ਾਂ ਦੀਆਂ ਕੁਝ ਅਲਾਹੀ ਬਾਤਾਂ ਹੁੰਦੀਆਂ ਨੇ, ਤੇ ਉਹਨਾਂ ਕਰਕੇ ਜੇ ਅਸੀਂ ਪੱਲੇ ਬੰਨ ਲਈਏ ਤੇ ਫਿਰ ਗੁਰੂ ਨਾਨਕ ਦੀਆਂ ਮਿਹਰਾਂ ਵਰਤ ਜਾਂਦੀਆਂ ਨੇ। ਜਿੱਥੇ ਆਪ ਜੀ ਤੇ ਕੀਰਤਨ ਦੀ ਦਾਤ ਹੈ, ਉਸ ਦੇ ਨਾਲ ਨਾਲ ਜਿਸ ਤਰ੍ਹਾਂ ਆਪ ਜੀ ਸੰਗਤਾਂ ਨੂੰ ਸੇਧ ਸਮਝਾਉਂਦੇ, ਆਪ ਜੀ ਕਥਾ ਵੀ ਨਾਲ ਕਰਦੇ ਹੋ। ਪ੍ਰੈਜ਼ੈਂਟ ਸਮੇਂ ਦੇ ਵਿੱਚ ਆਪ ਜੀ ਦਾ ਇੱਕ ਸ਼ਬਦ ਮੈਂ ਸਰਵਣ ਕਰ ਰਿਹਾ ਸੀ, ਮਾਂ ਬਾਪ ਦੀ, ਆਪ ਜੀ ਨੇ ਮਤਲਬ ਮੇਰਾ ਖਿਆਲ ਜੋ ਸਰਵਣ ਕਰਦਾ ਹੈ ਤੇ ਉਹਦੇ ਅੱਖਾਂ ਚ ਵੈਰਾਗ ਨਾ ਆਵੇ ਇਹ ਹੋ ਨਹੀਂ ਸਕਦਾ। ਮਾਂ ਬਾਪ ਦੇਖੋ ਅੱਜ ਕੱਲ ਦੇ ਸਮੇਂ ਜਿਹ ਚ ਆਪਾਂ ਗੁਜ਼ਰ ਰਹੇ ਹਾਂ, ਖਾਸ ਕਰ ਹੁਣ ਦਾ ਜੋ ਸਮਾਂ ਹੈ ਬਹੁਤ ਔਖਾ ਸਮਾਂ ਹੈ, ਤੇ ਮਾਂ ਬਾਪ ਦੀ ਜੋ ਗੱਲ ਹੈ ਜਿਸ ਤਰ੍ਹਾਂ ਬਾਣੀ ਚੋਂ ਆਪ ਜੀ ਨੇ ਉਸਦਾ ਨਿਚੋੜ ਕੱਢ ਕੇ ਤੇ ਉਹ ਸੰਗਤਾਂ ਦੀ ਝੋਲੀ ਵਿੱਚ ਪਾਇਆ ਆ, ਉਹ ਵੀ ਥੋੜੇ ਜਿਹੇ ਸੰਗਤਾਂ ਨਾਲ ਸਾਂਝ ਪਾਓ। ਹਾਂ, ਜਿਵੇਂ ਤੁਸੀਂ ਹੁਣ ਆਪਾਂ ਮਹਾਂਪੁਰਸ਼ਾਂ ਦੀਆਂ ਹੀ ਗੱਲਾਂ ਕਰ ਰਹੇ ਨੇ, ਮੈਂ ਬਾਬਾ ਮਹਾਰਨਾਮ ਸਿੰਘ ਦੀ ਗੱਲ ਕਰਾਂ। ਉਹਨਾਂ ਦਾ ਜਦੋਂ ਜੀਵਨ ਪੜੀਦਾ ਆ ਤੇ ਜਦੋਂ ਬਚਪਨ ਹੁੰਦਾ ਸੀ, ਉਹ ਕਹਿੰਦੇ ਮਾਂ ਮੇਰਾ ਦਿਲ ਕਰਦਾ ਮੈਂ ਇਕਾਂਤ ਵਿੱਚ ਬਹਿ ਜਾਵਾਂ, ਜਾ ਕੇ ਕਿਤੇ ਬੰਦਗੀ ਕਰਾਂ। ਤੇ ਮਾਂ ਕਿਹੜੇ ਆਪਣੇ ਬੱਚੇ ਨੂੰ ਅੱਖਾਂ ਤੋਂ ਓਹਲੇ ਕਰਦੀ, ਮਾਂ ਜਾਣ ਨਹੀਂ ਦਿੰਦੀ, ਹਨਾ। ਤੇ ਇੱਕ ਦਿਨ ਬਹੁਤ ਜਿੱਦ ਕਰਨ ਲੱਗੇ ਵੀ ਮਾਂ ਮੈਂ ਜ਼ਰੂਰ ਜਾਣਾ ਆ, ਮੇਰਾ ਜੀ ਕਰਦਾ ਮੈਂ ਇਕਾਂਤ ਵਿੱਚ ਬਹਿ ਜਾਵਾਂ, ਜਾ ਕੇ ਕਿਤੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ ਸਮਾਧੀ ਲਾ ਲਵਾਂ। ਤੇ ਮਾਂ ਗੁੱਸੇ ਵਿੱਚ ਕਹਿੰਦੀ ਜਾ ਚਲਾ ਜਾ ਸਰ ਜਾਏਗਾ ਮੇਰਾ। ਤੇ ਜਦੋਂ ਮਾਂ ਨੇ ਅੱਖਾਂ ਭਰ ਲਈਆਂ ਤੇ ਮਹਾਰਨਾਮ ਸਿੰਘ ਬਾਬਾ ਜੀ ਕਹਿਣ ਲੱਗੇ, ਕਹਿੰਦੇ ਮਾਂ ਮੈਂ ਨਹੀਂ ਜਾਣਾ, ਜੇ ਤੇਰਾ ਦਿਲ ਰੋਂਦਾ ਰਿਹਾ ਤੇ ਮੇਰੀ ਬੰਦਗੀ ਕਿਹੜੇ ਲੇਖੇ ਵਿੱਚ ਹੈ। ਤੇ ਬਹੁਤ ਸਾਰੀਆਂ ਐਸੀਆਂ ਸਾਖੀਆਂ ਕਥਾ ਕਹਾਣੀਆਂ ਨੇ ਜਿਹੜੀਆਂ ਸਾਨੂੰ ਸੇਧ ਦਿੰਦੀਆਂ ਨੇ ਕਿ ਮਾਂ ਬਾਪ ਦੀ ਸੇਵਾ ਰੱਬ ਦੀ ਸੇਵਾ ਹੈ। ਤੇ ਕੀਰਤਨ ਰਾਹੀਂ ਦਸਰਿਆਂ ਦੀ ਇੱਛਾ ਹੁੰਦੀ ਹੈ ਐਸੇ ਪ੍ਰਕਰਨ ਲੈ ਜਾਣ ਜਿਹਦੇ ਵਿੱਚ ਜਿੱਥੇ ਗੁਰਮਤ ਦਾ ਗਿਆਨ ਤੇ ਹੈ ਹੀ, ਜੋ ਸਾਡੇ ਵਿੱਚ ਰੋਜ਼ ਹੋ ਰਿਹਾ ਹੈ, ਉਹ ਵੀ ਗੱਲਾਂ ਅਸੀਂ ਸਮਝ ਸਕੀਏ। ਜਿਵੇਂ ਮਾਂ ਬਾਪ ਦੀ ਸੇਵਾ ਤੁਸੀਂ ਆਖਿਆ, ਪ੍ਰਕਰਨ ਸੰਗਤਾਂ ਨੇ ਬਹੁਤ ਪਸੰਦ ਕੀਤਾ, ਦਾਸ ਦੀ ਇੱਛਾ ਵੀ ਹੁੰਦੀ ਇਸ ਤਰ੍ਹਾਂ ਪ੍ਰਕਰਨ ਲੈ ਜਾਣ। ਜਿਵੇਂ ਗੁਰਮਤ ਵਿੱਚ ਨਿੰਦਿਆ ਤੇ ਚੁਗਲੀ ਦੀ ਮਨਾਈ ਹੈ, ਚਿੰਤਾ ਮਤ ਕਰੋ ਦਸਵੰਧ ਦੀ ਜੁਗਤ ਸਬਰ ਸੰਤੋਖ, ਇਸ ਤਰ੍ਹਾਂ ਦੇ ਪ੍ਰਕਰਨ ਲੈ ਕੇ ਦਾਸ ਵੱਖ ਵੱਖ ਪ੍ਰਕਰਨਾਂ ਤੇ ਵਿਸ਼ਿਆਂ ਵਿੱਚ ਕੀਰਤਨ ਕਰਦਾ, ਸੰਗਤਾਂ ਅਸੀਸਾਂ ਦਿੰਦੀਆਂ। ਬਿਲਕੁਲ ਭਾਈ ਸਾਹਿਬ ਜੀ, ਜਿਸ ਤਰ੍ਹਾਂ ਮਾਂ ਬਾਪ ਦਾ ਬਹੁਤ ਵੱਡਾ ਰੋਲ ਹੈ ਜੀਵਨ ਵਿੱਚ, ਜਿਸ ਤਰ੍ਹਾਂ ਜਿਸ ਜਿਸ ਲੈਵਲ ਤੇ ਵੀ ਇਨਸਾਨ ਪਹੁੰਚ ਜਾਂਦਾ ਹੈ, ਬਹੁਤ ਵੱਡੀ ਦੇਣ ਹੈ ਇਨਸਾਨ ਨੂੰ, ਕਦੀ ਕੀਤਾ ਆਪਣੇ ਮਾਂ ਬਾਪਾ ਦੇ ਨਹੀਂ ਸਕਦੇ, ਨਹੀਂ ਦੇ ਸਕਦੇ। ਠੀਕ ਹੈ ਜੀ, ਤੇ ਉੱਚੇ ਭਾਗ ਹਨ ਆਪਣੇ ਸਾਰਿਆਂ ਦੇ ਕਿ ਸਾਨੂੰ ਮਾਲਕਾਂ ਨੇ ਐਸੇ ਮਾਂ ਬਾਪ ਬਖਸ਼ੇ ਜਿਹਨਾਂ ਨੇ ਸਾਨੂੰ ਇਸ ਰਾਹ ਤੇ ਪਾਇਆ, ਬਿਲਕੁਲ ਮਾਰਗ ਤੇ ਪਾਇਆ, ਅੱਛੇ ਸਿੱਖ ਬਣਨ ਦੀ ਸਾਡੇ ਤੇ ਉਹਨਾਂ ਨੇ ਬਹੁਤ ਵੱਡੀ ਦੇਣ ਪਾਈ। ਉਸ ਨੂੰ
ਜਿਸ ਤਰ੍ਹਾਂ ਆਪ ਜੀ ਨੇ ਬਾਣੀ ਰਾਹੀਂ ਉਸ ਸ਼ਬਦ ਦੇ ਵਿੱਚ ਸੰਗਤਾਂ ਨੂੰ ਦਰਸਾਇਆ ਹੈ, ਕਿਉਂਕਿ ਜਿਹੜੀ ਸਾਡੀ ਇਸ ਚੈਨਲ ਰਾਹੀਂ ਇਸ ਵਕਤ ਸਮੁੱਚਾ ਸੰਸਾਰ, UK, ਯੂਰਪ, ਕੈਨੇਡਾ, ਆਸਟ੍ਰੇਲੀਆ ਤੱਕ ਸੰਗਤਾਂ ਆਪ ਜੀ ਨੂੰ ਸਰਵਣ ਕਰ ਰਹੀਆਂ ਹਨ। ਮੈਂ ਚਾਹਾਂਗਾ ਕਿ ਉਹ ਜਿਸ ਤਰ੍ਹਾਂ ਥੋੜੇ ਜਿਹੇ ਆਪ ਜੀ ਦੋ ਤਿੰਨ ਪੁਆਇੰਟਸ ਉਹ ਵੀ ਜ਼ਰੂਰ ਸੰਗਤਾਂ ਨਾਲ ਸਾਂਝ ਪਾ ਦਿਓ, ਕਿਉਂਕਿ ਪਤਾ ਲੱਗਦਾ ਹੈ ਕਿ ਕਿਸ ਐਂਗਲ ਤੋਂ ਆਪ ਜੀ ਉਹ ਲੈ ਕੇ ਆਪ ਜੀ ਸੰਗਤਾਂ ਨੂੰ ਸਮਝਾ ਰਹੇ ਸੀ। ਹਾਂ, ਉਹ ਜਿਵੇਂ ਜੇ ਆਪਾਂ ਅੱਜ ਕੱਲ੍ਹ ਨੈੱਟ ਦਾ ਯੂਟਿਊਬ ਦਾ ਜ਼ਮਾਨਾ ਦੇਖੀਏ ਤੇ ਕਰੋੜਾਂ ਦੀ ਗਿਣਤੀ ਵਿੱਚ ਬਹੁਤ ਸੰਗਤਾਂ ਨੇ ਸੁਣਿਆ। ਜਦੋਂ ਮੈਂ ਕਿਤੇ ਸੰਗਤਾਂ 'ਚ ਜਾਂਦਾ ਤੇ ਸੰਗਤਾਂ ਦੀ ਇੱਛਾ ਹੁੰਦੀ ਮੈਂ ਉਹੀ ਸੁਣਾਵਾਂ। ਬਿਲਕੁਲ, ਉਹ ਮੈਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਲਈਆਂ। ਪਿਓ ਦੇ ਨਾਂ ਪਿਆਰ ਤੁਲ, ਨਾ ਫੁੱਫੀ ਨਾ ਪਿਤੀਏ ਤਾਏ, ਭੂਆ ਚਾਚੇ ਤਾਏ, ਬੇਸ਼ੱਕ ਪਿਤਾ ਦੇ ਸਕੇ ਭੈਣ ਭਰਾ ਨੇ, ਜਿਹੜਾ ਪਿਆਰ ਪਿਓ ਦੇ ਸਕਦਾ ਉਹ ਕੋਈ ਨਹੀਂ ਦੇ ਸਕਦਾ। ਮਾਂ ਹੇਤ ਨਾ ਪੂਜਨੀ ਹੇਤ ਨਾ ਮਾਮੇ ਮਾਸੀ ਜਾਏ, ਮਾਮੇ ਤੇ ਮਾਸੀਆਂ ਬੇਸ਼ੱਕ ਮਾਂ ਦੀਆਂ ਸਕੀਆਂ ਭੈਣਾਂ ਤੇ ਸਕੇ ਭਰਾ ਨੇ, ਜਿਹੜੇ ਦੁਖੜੇ ਤੇਰੇ ਲਈ ਤੇਰੀ ਮਾਂ ਚੱਲ ਲੈਂਦੀ ਏ ਕੋਈ ਵੀ ਨਹੀਂ ਚੱਲ ਸਕਦਾ। ਸੂਰਜ ਚੰਦ ਨਾ ਪੂਜਨੀ ਦੀਵੇ, ਲੱਖ ਤਾਰੇ ਚਮਕਾਏ, ਕੋਈ ਲੱਖਾਂ ਦੀਵੇ ਜਗਾ ਦੇਵੇ, ਲੱਖਾਂ ਜਗਦੇ ਹੋਏ ਦੀਵੇ ਸੂਰਜ ਦੀ ਰੋਸ਼ਨੀ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਰਾ ਸੰਸਾਰ ਇਕੱਠਾ ਹੋ ਜਾਵੇ, ਸਾਰੇ ਤੇਰਾ ਕੁਟੁੰਬ ਇਕੱਠਾ ਹੋ ਜਾਣ, ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣ, ਜਿਹੜਾ ਪਿਆਰ ਤੇਰਾ ਬਾਪੂ ਤੇਰੀ ਮਾਂ ਤੇਰੇ ਨਾਲ ਕਰਦੇ ਨੇ ਤੈਨੂੰ ਪੂਰੀ ਦੁਨੀਆਂ ਦੀ ਭੀੜ ਵਿੱਚੋਂ ਨਹੀਂ ਮਿਲ ਸਕਦਾ। ਨਾਲੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਗੁਰੂ ਨਾਨਕ ਦੇ ਘਰ ਵਿੱਚ ਇਹਨਾਂ ਰਿਸ਼ਤਿਆਂ ਨੂੰ ਰੱਬ ਵਰਗਾ ਦਰਜਾ ਦਿੱਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਸਹਿਜ ਪਾਠ ਕਰਦੇ ਨੇ ਗੁਰਸਿੱਖ, ਉਹਨਾਂ ਨੂੰ ਪਤਾ ਹੈ ਗੁਰੂ ਸਾਹਿਬਾਂ ਨੇ ਜਿੱਥੇ ਵੀ ਰੱਬ ਦੇ ਪਿਆਰ ਦੀ ਗੱਲ ਕਰਨੀ ਹੈ ਉੱਥੇ ਮਾਂ ਤੇ ਪਿਓ ਦੀ ਗੱਲ ਕਰਕੇ ਸਮਝਾਉਂਦੇ ਨੇ। ਬਹੁਤ ਸਾਰੇ ਐਸੇ ਸ਼ਬਦ ਨੇ ਰੱਬ ਦੀਆਂ ਗੱਲਾਂ ਮਾਂ ਪਿਓ ਦੇ ਰਿਸ਼ਤੇ ਰਾਹੀਂ ਸਾਨੂੰ ਸਮਝਾਉਂਦੇ ਨੇ। ਇਸ ਤਰ੍ਹਾਂ ਇਹ ਪ੍ਰਕਰਨ ਬੜਾ ਲੰਬੇਰਾ ਹੈ ਤੇ ਸੰਗਤਾਂ ਨੇ ਬਹੁਤ ਪਸੰਦ ਕੀਤਾ। ਇੱਕ ਦੇ ਵਿੱਚ ਆਪ ਜੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਵੀ ਪ੍ਰਕਰਨ ਦੇ ਵਿੱਚ ਆਪ ਜੀ ਨੇ ਸਹਿਜ ਪਾਈ ਸੀ, ਉਹ ਵੀ ਮੈਂ ਚਾਹਾਂਗਾ ਜ਼ਰੂਰ ਸਾਡੀਆਂ ਸੰਗਤਾਂ ਨਾਲ ਆਪ ਜੀ ਉਹ ਵੀ ਜ਼ਰੂਰ। ਹਾਂਜੀ, ਬਾਬਾ ਨਾਨਕ ਜੀ ਦੀਆਂ ਦੋ ਉਦਾਹਰਨਾਂ ਮੈਂ ਇਹਦੇ ਵਿੱਚ ਦਿੰਦਾ। ਇੱਕ ਉਦਾਹਰਨ ਇਹ ਦਿੱਤੀ ਸੀ ਵੀ ਜਦੋਂ ਗੁਰੂ ਸਾਹਿਬ 20 ਰੁਪਈਆਂ ਦਾ ਸੌਦਾ ਕਰਕੇ ਆਏ ਤੇ ਘਰ ਆਉਂਦਿਆਂ ਬਾਪੂ ਨੇ ਬੜਾ ਡਾਂਟਿਆ, ਗੁੱਸੇ ਵਿੱਚ ਆ ਕੇ ਚੰਡਾ ਵੀ ਮਾਰੀਆਂ ਤੇ ਜਦੋਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਮੂੰਹ ਤੇ ਚੰਡਾ ਮਾਰ ਰਹੇ ਸਨ ਤੇ ਪਿਆਰ ਵਾਲੀਆਂ ਰੂਹਾਂ ਖਲੋਤੀਆਂ ਰੋ ਰਹੀਆਂ ਸਨ। ਇੱਕ ਦਿਨ ਉਹ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਕੋਲ ਆਏ, ਕਹਿੰਦੇ ਅੱਜ ਅਸੀਂ ਤੇਰੇ ਪਿਤਾ ਨਾਲ ਗੱਲ ਕਰਨੀ ਹੈ। ਆਖਿਆ ਵੀ ਕੀ ਗੱਲ ਕਰਨੀ ਹੈ? ਜਦੋਂ ਤੈਨੂੰ ਮਾਰਦਾ ਏ ਸਾਡਾ ਦਿਲ ਦੁਖਦਾ ਏ, ਅੱਜ ਅਸੀਂ ਉਹਦੇ ਕੋਲੋਂ ਪੁੱਛਣਾ ਏ, ਦੱਸ ਤੂੰ ਗੁਰੂ ਨਾਨਕ ਨੂੰ ਕਿਉਂ ਮਾਰਦਾ ਏ? ਤੇ ਬਾਬਾ ਜੀ ਕਹਿੰਦੇ ਨਾ ਬਈ, ਤੁਸੀਂ ਉਹਨਾਂ ਕੋਲੋਂ ਕੁੱਝ ਨਾ ਪੁੱਛਣਾ, ਕਿਉਂ? ਉਹ ਮੇਰਾ ਪਿਤਾ ਲੱਗਦਾ ਹੈ, ਪਿਤਾ ਤੇ ਰੱਬ ਦੀ ਜਗ੍ਹਾ ਹੁੰਦਾ ਹੈ, ਰੱਬ ਦੀਆਂ ਚੰਡਾਂ ਦਾ ਕਾਹਦਾ ਗੁੱਸਾ ਕਰਨਾ, ਉਹਦੀ ਇੱਕ ਇੱਕ ਚੰਡ ਮੈਨੂੰ ਪਾਵਨ ਪ੍ਰਸ਼ਾਦ ਦੀ ਤਰ੍ਹਾਂ ਲੱਗਦੀ ਹੈ। ਇਸ ਤਰ੍ਹਾਂ ਦੀਆਂ ਕੁੱਝ ਉਦਾਹਰਨਾਂ ਜੋ ਸੰਗਤਾਂ ਨੇ ਬਹੁਤ ਪਸੰਦ ਕੀਤੀਆਂ ਜੀ। ਜੀ ਭਾਈ ਦਵਿੰਦਰ ਸਿੰਘ ਜੀ, ਜਿਸ ਤਰ੍ਹਾਂ ਹੁਣ ਸਮੇਂ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ, ਸਮੁੱਚਾ ਸੰਸਾਰ ਇਸ ਕਰੋਨਾ ਦੇ ਮਹਾਮਾਰੀ ਨੇ ਲਪੇਟ ਵਿੱਚ ਆਇਆ ਹੈ ਤੇ ਬਹੁਤ ਲੋਕੀ ਫਿਕਰਾਂ ਦੇ ਨਾਲ, ਕਿਉਂਕਿ ਘਰਾਂ ਚ ਬੈਠੇ ਨੇ ਵੱਡੇ ਵਡੇਰੇ ਸਿਆਣੇ, ਕਾਰੋਬਾਰਾਂ ਕਰਕੇ ਬਹੁਤ ਫਿਕਰ ਲੋਕਾਂ ਨੂੰ ਗੱਲਾਂ ਦਾ, ਦੁਨਿਆਵੀ ਗੱਲਾਂ ਦਾ, ਕਿਉਂਕਿ ਆਪਾਂ ਦੁਨਿਆਵੀ ਜੀਵ ਹੈ ਹੋ ਜਾਂਦਾ ਹੈ। ਆਪ ਜੀ ਦਾ ਇੱਕ ਸ਼ਬਦ ਚਿੰਤਾ, ਥੋੜਾ ਜਿਹਾ ਉਹਦੇ ਬਾਰੇ ਵੀ ਜ਼ਰੂਰ, ਕਿਉਂਕਿ ਇਹ ਮਾਲਕ ਦੀ ਖੇਡ ਹੈ ਜਿਸ ਸਮੇਂ ਚੋਂ ਆਪਾਂ ਗੁਜ਼ਰ ਰਹੇ ਹਾਂ, ਉਸ ਦਾਤੇ ਦੀ ਇਹ ਸਾਡੇ ਤੇ ਇਸ ਜੀਵਨ ਵਿੱਚ ਇਹ ਚੀਜ਼ ਆਉਣੀ ਸੀ। ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਵੀ ਮੇਰਾ ਪ੍ਰਕਰਨ ਬਹੁਤ ਪਸੰਦ ਕੀਤਾ ਜੀ ਸੰਗਤਾਂ ਨੇ। ਉਹਦੇ ਵਿੱਚ ਤੇ ਮੈਂ ਇਹੀ ਦੱਸਣ ਦਾ ਯਤਨ ਕੀਤਾ ਵੀ ਜੋ ਹੋਣਾ ਹੋ ਜਾਣਾ, ਜਿਹੜਾ ਕੁਝ ਨਹੀਂ ਹੋਣਾ ਉਹ ਨਹੀਂ ਹੋਣਾ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਕੀ ਹੈ? ਸਾਡੇ ਨਾਲ ਉਹ ਕੁਝ ਹੋ ਜਾਵੇ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਅਨਹੋਣੀ ਤੇ ਗੁਰੂ ਸਾਹਿਬ ਕਿਸੇ ਨਾਲ ਕਰਦੇ ਹੀ ਨਹੀਂ, ਰੱਬ ਅਨਹੋਣੀ ਕਰਦਾ ਹੀ ਨਹੀਂ, ਤੇ ਜਦ ਅਨਹੋਣੀ ਹੋਣੀ ਨਹੀਂ ਫਿਰ ਚਿੰਤਾ ਕਾਹਦੇ ਵਾਸਤੇ ਕਰਨੀ? ਜੋ ਹੋਣਾ ਉਹ ਹੋ ਜਾਣਾ ਹੈ। ਇਸ ਲਈ ਵੱਧ ਤੋਂ ਵੱਧ ਸੇਵਾ ਤੇ ਸਿਮਰਨ ਵਿੱਚ ਜੁੜੀਏ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲੱਗ ਪਾਈ, ਗੁਰੂ ਦੇ ਚਰਨਾਂ ਨਾਲ ਲੱਗ ਕੇ ਰਹੀਏ। ਇਸ ਤਰ੍ਹਾਂ ਦਾ ਕੁਝ ਮੇਰਾ ਪ੍ਰਕਰਨ ਹੈ ਜੀ। ਹਾਂਜੀ ਭਾਈ ਦਵਿੰਦਰ ਸਿੰਘ ਜੀ, ਆਪ ਜੀ ਜਿੱਥੇ ਇੰਡੀਆ ਵਿੱਚ
ਵੱਖ ਵੱਖ ਥਾਂ ਤੇ ਸੇਵਾ ਨਿਭਾਉਂਦੇ ਹੋ, ਆਪ ਜੀ ਵੰਡਦੇ ਹੋ ਜੋ ਮਹਾਰਾਜ ਨੇ ਆਪ ਜੀ ਦੀ ਡਿਊਟੀ ਲਾਈ ਹੈ, ਸੱਤ ਸਮੁੰਦਰੋਂ ਪਾਰ ਆਪ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵਿਚਰਦੇ ਹੋ। ਆਪ ਜੀ ਇਸ ਵਕਤ ਸਿੱਖੀ ਜੋ ਕਿ ਸਾਡੀ ਆਪਾਂ ਕਈ ਵਾਰੀ ਪੰਜਾਬ ਨੂੰ ਛਾਤੀ ਮਾਰਦੇ ਕਿ ਸਿੱਖੀ ਸਾਡੇ ਵਿਰਸੇ ਤੋਂ ਆਪਾਂ ਬਹੁਤ ਕਈ ਵਾਰੀ ਦੂਜੇ ਪਾਸੇ ਨੂੰ ਤੁਰ ਪਏ, ਆਪ ਜੀ ਕਿੱਥੇ ਮਹਿਸੂਸ ਕਰਦੇ ਹੋ ਆਪਾਂ ਕਿਸ ਤਰਫ ਜਾ ਰਹੀ ਹੈ? ਦੇਖੋ ਜੀ, ਵੈਸੇ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਉਹਨਾਂ ਦਾ ਪਰਿਵਾਰ ਆ ਸਾਰੇ, ਉਹਨਾਂ ਦੀ ਨਿਗਾਹ ਹੈ, ਸਮੇਂ ਆਉਂਦੇ ਰਹਿੰਦੇ ਨੇ, ਪਰ ਉਹ ਆਪਣੇ ਪਰਿਵਾਰ ਦੇ ਆਪ ਰਾਖੇ ਨੇ, ਉਹਨਾਂ ਨੇ ਸਾਨੂੰ ਸਾਂਭ ਲੈਣਾ। ਫਿਰ ਵੀ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੀ ਪਨੀਰੀ ਨੂੰ, ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਇਸ ਪਾਸੇ ਜੋੜ ਕੇ ਰੱਖੀਏ। ਤੇ ਦਾਸ ਵੱਲੋਂ ਜੋ ਹੁੰਦਾ ਹੈ ਦਾਸਰੇ ਕਰਦੇ ਰਹਿੰਦੇ ਨੇ, ਜਿੱਥੇ ਮੈਂ ਕੀਰਤਨ ਕਰਦਾ ਹਾਂ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਵੇਖੇ ਹੋਣੇ ਟੈਲੀਵਿਜ਼ਨ ਤੇ, ਤੇ ਸਭ ਤੋਂ ਪਹਿਲਾਂ ਕੀਰਤਨ ਦੀ ਦੁਨੀਆ ਵਿੱਚ ਜੇ ਟੈਲੀਵਿਜ਼ਨ ਤੇ ਕੋਈ ਪ੍ਰੋਗਰਾਮ ਆਇਆ ਉਹ ਸੀ ਭਲੋ ਭਲੋ ਰੇ ਕੀਰਤਨੀ, NH1 ਚੈਨਲ ਤੇ ਚੱਲਿਆ ਸੀ। ਉਹ ਤੋਂ ਪਹਿਲਾਂ ਕਦੀ ਵੀ ਐਡੇ ਉੱਚ ਪੱਧਰ ਤੇ ਕੀਰਤਨ ਜਿਹੜਾ ਬੱਚੇ ਬੱਚੀਆਂ ਨੇ ਕਿਸੇ ਚੈਨਲ ਤੇ ਨਹੀਂ ਸੀ ਕੀਤਾ। ਉਹ ਸੇਵਾ ਗੁਰੂ ਮਹਾਰਾਜ ਜੀ ਨੇ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਦਾਸਰਿਆਂ ਨੇ NH1 ਚੈਨਲ ਤੇ ਸ਼ੁਰੂ ਕੀਤਾ ਸੀ ਕੋਈ ਅੱਜ ਤੋਂ 12 ਸਾਲ ਪਹਿਲਾਂ, ਭਰੋ ਭਰੋ ਰੇ ਕੀਰਤਨੀਆਂ, ਜਿਹਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਕੀਰਤਨ ਦੀਆਂ ਅਲਾਹੀ ਧੁਨਾਂ ਲਾਉਂਦੇ ਸਨ। 1 ਸਾਲ ਉਹ ਪ੍ਰੋਗਰਾਮ ਚੱਲਦਾ ਰਿਹਾ। ਮੈਨੂੰ ਯਾਦ ਹੈ ਜਲੰਧਰ ਦੀ ਦਾਣਾ ਮੰਡੀ ਦੇ ਵਿੱਚ ਉਸ ਪ੍ਰੋਗਰਾਮ ਦਾ ਫਾਈਨਲ ਹੋਇਆ ਸੀ ਤੇ 50,000 ਦੇ ਕਰੀਬ ਬੰਦਾ ਉਸਨੂੰ ਵੇਖਣ ਵਾਸਤੇ ਆਇਆ ਸੀ, ਸਿੱਖ ਸੰਗਤਾਂ। ਤੇ ਉਸ ਤੋਂ ਬਾਅਦ ਉਹਦੀ ਤਰਜ ਦੇ ਉੱਤੇ ਹੋਰ ਬਹੁਤ ਸਾਰੇ ਚੈਨਲਾਂ ਨੇ ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਿਹਦੇ ਵਿੱਚ ਜਿਹੜੇ ਬੱਚੇ ਕੀਰਤਨ ਕਰਦੇ ਸਨ ਉਹਨਾਂ ਨੂੰ ਬੁਲਾਇਆ ਜਾਣ ਲੱਗਾ। ਇਹ ਵੀ ਦਸਰਿਆਂ ਦੀ ਝੋਲੀ ਮਹਾਰਾਜ ਜੀ ਨੇ ਸੇਵਾ ਪਾਈ। ਇੱਕ ਤੁਸੀਂ ਵੇਖਦੇ ਹੋਵੋਗੇ ਬਹੁਤ ਸਾਰੇ ਚੈਨਲਾਂ ਤੋਂ, ਤੁਹਾਡੇ ਚੈਨਲ ਤੋਂ ਵੀ ਇੱਕ ਪ੍ਰੋਗਰਾਮ ਆਉਂਦਾ ਦਸਰਿਆਂ ਦਾ ਜੋ ਨਿਸ਼ਾਨੀਆਂ ਗੁਰੂ ਸਾਹਿਬਾਨ, ਬਿਲਕੁਲ ਬਿਲਕੁਲ ਤੁਸੀਂ ਵੇਖਿਆ ਹੋਊਗਾ। ਕੁੱਝ ਨਿਸ਼ਾਨੀਆਂ ਜੋ ਸਾਡੇ ਗੁਰੂ ਘਰਾਂ ਵਿੱਚ ਨੇ ਉਹ ਤੇ ਹੈ ਨੀ, ਪਰ ਬਹੁਤ ਸਾਰੀਆਂ ਨਿਸ਼ਾਨੀਆਂ ਗੁਰੂ ਸਾਹਿਬਾਂ ਦੀਆਂ ਸਨ ਜਿਹੜੀਆਂ ਉਹਨਾਂ ਪਰਿਵਾਰਾਂ ਕੋਲ ਸਨ ਜਿਹੜੇ ਪਰਿਵਾਰ ਗੁਰੂ ਸਾਹਿਬਾਂ ਨਾਲ ਮਿਲਦੇ ਵਰਤਦੇ ਸਨ। ਹੁਣ ਜਦੋਂ ਅਸੀਂ ਸਾਖੀ ਪੜ੍ਹਦੇ ਹਾਂ ਤੇ ਜਦੋਂ ਮੈਂ ਇੱਧਰੋਂ ਮਾਛੀਵਾੜੇ ਦਾ ਪੜ੍ਹਾਂ ਇਤਿਹਾਸ, ਮਹਾਰਾਜ ਜੀ ਨੇ ਨੀਲਾ ਚੋਲਾ ਪਾ ਲਿਆ ਤੇ ਦਸਰੇ ਸੋਚਣ ਵੀ ਉਹ ਨੀਲਾ ਚੋਲਾ ਫਿਰ ਕਿੱਥੇ ਚਲਾ ਗਿਆ, ਉਹ ਕੌਣ ਲੈ ਗਿਆ, ਜਿਹੜਾ ਜੋੜਾ ਨਿਕਲ ਗਿਆ ਸੀ ਉਹ ਕੌਣ ਲੈ ਗਿਆ। ਇਸ ਤਰ੍ਹਾਂ ਦਸਰਿਆਂ ਨੇ ਜਦੋਂ ਖੋਜ ਸ਼ੁਰੂ ਕੀਤੀ ਤੇ ਮਹਾਰਾਜ ਜੀ ਦੀ 250-300 ਨਿਸ਼ਾਨੀ ਜੋ ਉਹਨਾਂ ਪਰਿਵਾਰਾਂ ਨੂੰ ਵੀ ਮਿਹਨਤ ਕਰਕੇ ਲੱਭਿਆ, ਉਹ ਸਾਰੀਆਂ ਨਿਸ਼ਾਨੀਆਂ ਆਪ ਸੰਗਤਾਂ ਨੂੰ ਦਿਖਾਈਆਂ ਤੇ ਦਸਰਿਆਂ ਨੇ ਉਹਦਾ ਨਾਮ ਰੱਖਿਆ ਨਿਸ਼ਾਨੀਆਂ ਗੁਰੂ ਸਾਹਿਬਾਂ। ਪੂਰੇ ਵਰਲਡ ਵਿੱਚ ਸਾਰੇ ਚੈਨਲਾਂ ਵਾਲਿਆਂ ਨੇ ਇਹਨੂੰ ਵੀ ਬਹੁਤ ਦਿਖਾਇਆ। ਇਹ ਵੀ ਆਪ ਸੰਗਤਾਂ ਦੀਆਂ ਸੀਸਾਂ ਸੰਗਤਾਂ ਸਦਕਾ ਦਸਰਿਆਂ ਨੇ ਖੋਜ ਕੀਤੀ। ਇਸ ਤੋਂ ਇਲਾਵਾ ਹਰੇਕ ਸਾਲ ਹੀ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੁੰਦਾ ਹੈ, ਮਹਾਪਵਿੱਤਰ ਗੁਰਮਤਿ ਸਮਾਗਮ। ਅੱਛਾ ਜੀ। ਉਹ ਸਮਾਗਮ ਜਿੱਥੇ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਜੀ ਦੀ ਯਾਦ ਵਿੱਚ ਹੁੰਦਾ, ਉੱਥੇ ਜਿਹੜੀਆਂ ਸ਼ਤਾਬਦੀਆਂ ਆਉਂਦੀਆਂ ਨੇ ਜੀ, ਹੁਣ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਤਾਬਦੀ ਆਈ ਤੇ ਸਭ ਤੋਂ ਪਹਿਲਾਂ ਦਸਰਿਆਂ ਨੇ ਵੱਡੇ ਵੱਡੇ ਸਮਾਗਮਾਂ ਵਿੱਚੋਂ ਜਿਹੜਾ ਸਮਾਗਮ ਗਿਣਿਆ ਜਾਣ ਵਾਲਾ ਉਹ ਦਸਰਿਆਂ ਦੇ ਹਿੱਸੇ ਆਇਆ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਤਾਬਦੀ ਸੀ, ਸਭ ਤੋਂ ਪਹਿਲਾਂ ਵੱਡਾ ਸਮਾਗਮ ਜੋ ਪੰਜਾਬ ਵਿੱਚ ਹੋਇਆ ਉਹ ਹੋਇਆ, ਕਿਉਂਕਿ ਪੰਜਾਬ ਹੀ ਨਹੀਂ, ਇੰਡੀਆ ਹੀ ਨਹੀਂ, ਇਸ ਸਮਾਗਮ ਦੇ ਵਿੱਚ ਤੁਹਾਡੇ UK ਤੋਂ ਵੀ, ਅਮਰੀਕਾ, ਕੈਨੇਡਾ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਕਰਕੇ ਆਉਂਦੀਆਂ ਨੇ। 3 ਦਿਨ ਦਾ ਸਮਾਗਮ ਹੁੰਦਾ, ਸੰਤ ਮਹਾਂਪੁਰਸ਼, ਸਿੰਘ ਸਾਹਿਬਾਨ, ਗੁਰੂ ਕੇ ਕੀਰਤਨੀਏ ਸਾਰੇ ਪੁੱਜਦੇ ਨੇ। ਇਸ ਸਾਲ ਉਹ 30ਵਾਂ ਸਮਾਗਮ ਸੀ, ਉਹ ਦਸਰਿਆਂ ਦੀ ਝੋਲੀ ਮਹਾਰਾਜ ਜੀ ਦੀ ਸੇਵਾ ਜੋ ਮਹਾਰਾਜ ਜੀ ਨੇ ਪਾਈ। ਉਪਰੰਤ ਜਿਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਆਹ ਹੁੰਦਾ ਹੈ, ਕਿਉਂਕਿ ਬਰਾਤ ਦਸਰਿਆਂ ਦੇ ਨਗਰ ਵਿੱਚ ਰੁਕੀ ਸੀ, ਬਿਲਕੁਲ ਬਿਲਕੁਲ, ਉਸ ਦਿਨ ਦਸਰਿਆਂ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ 5 ਵਿਆਹ ਗਰੀਬ ਲੋੜਵੰਦ ਬੱਚੀਆਂ ਦੇ ਕੀਤੇ ਜਾਂਦੇ ਨੇ। ਕਾਫੀ ਸਾਲਾਂ ਤੋਂ ਗੁਰੂ ਸਾਹਿਬ ਇਹ ਸੇਵਾ ਲੈ ਰਹੇ ਨੇ ਉਸ ਅਸਥਾਨ ਤੇ। ਪਹਿਲਾਂ ਜਦੋਂ ਸਾਡੇ ਸਮਾਗਮ ਉੱਥੇ ਹੁੰਦਾ ਸੀ, ਮੈਂ ਛੋਟਾ ਸੀ, ਮੇਲਾ ਲੱਗਦਾ ਸੀ। ਅਸੀਂ ਉਸ ਮੇਲੇ ਨੂੰ ਤੁਹਾਡੀਆਂ ਅਸੀਸਾਂ ਸਦਕਾ, UK ਦੇ ਵਿੱਚ ਵੀ ਬਹੁਤ ਸਾਰੇ ਮੇਰੇ ਸਹਿਯੋਗੀ ਰਹਿੰਦੇ ਨੇ ਜੋ ਸਹਿਯੋਗ ਦਿੰਦੇ ਨੇ, ਅਸੀਂ ਇਹਨੂੰ ਜੋੜ ਮੇਲਾ ਬਣਾ ਦਿੱਤਾ। ਅਸੀਂ ਵੀ ਸੋਚਦੇ ਹਾਂ ਵੀ ਜਿਸ ਤਰ੍ਹਾਂ ਗੁਰੂ ਜੀ ਦੀ ਬਰਾਤ ਆਈ ਸੀ, ਜੇ ਲੋੜਵੰਦ ਬੱਚੇ ਬੱਚੀਆਂ ਦੀ ਬਰਾਤ ਆਵੇ ਤੇ ਅਸੀਂ ਗੁਰੂ ਅਰਜਨ ਦੇਵ ਜੀ ਦੀਆਂ ਮਿਹਰਾਂ ਪ੍ਰਾਪਤ ਕਰਾਂਗੇ। ਕਈ ਸਾਲਾਂ ਤੋਂ 5 ਵਿਆਹ
ਉਸੇ ਦਿਨ ਜਿਸ ਦਿਨ ਗੁਰੂ ਜੀ ਦਾ ਵਿਆਹ ਹੋਇਆ ਸੀ ਤੇ ਮਹਾਰਾਜ ਦੀ ਸੇਵਾ ਲੈਂਦੇ ਨੇ ਉਸ ਅਸਥਾਨ ਤੇ ਸੰਗਰਾਂਦ ਦੀ ਰਾਤ ਨੂੰ ਹਰੇਕ ਮਹੀਨੇ ਦਸ ਰਹੇ ਕੀਰਤਨ ਕਰਦੇ ਨੇ ਤੇ ਮੇਰੇ ਪਿੰਡ ਵਿੱਚ ਜਿਹੜੀਆਂ ਵਿਧਵਾ ਔਰਤਾਂ ਨੇ ਉਹਨਾਂ ਨੂੰ ਮਹੀਨੇ ਦਾ ਰਾਸ਼ਨ ਹੋਰ ਉਹਨਾਂ ਦੀ ਲੋੜ ਜਿਹੜੀ ਸੇਵਾ ਦਸ ਰਹੇ ਪੂਰੀ ਕਰਦੇ ਨੇ। ਇਹ ਸਾਰੀਆਂ ਸੇਵਾਵਾਂ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਮਹਾਂਪੁਰਸ਼ਾਂ ਨੇ ਜੋ ਸਮੱਤ ਬਖਸ਼ੀ ਹੈ ਵੀ ਇਹ ਕੀਰਤਨ ਤਾਂ ਹੋ ਸਕਦਾ ਤੁਹਾਡੀ ਕੀਰਤੀ ਹੋਵੇ ਕਿਰਤ ਹੋਵੇ ਪਰ ਨਾਲ ਕੀਰਤੀ ਵੀ ਕਰਨੀ ਹੈ, ਪੰਥ ਦੀ ਸੇਵਾ ਵੀ ਕਰਨੀ ਹੈ, ਗੁਰੂ ਨਾਨਕ ਦੀ ਸੇਵਾ ਵੀ ਕਰਨੀ ਹੈ। ਬਸ ਉਹਨਾਂ ਮਹਾਂਪੁਰਸ਼ਾਂ ਨੇ ਜੋ ਸਾਨੂੰ ਚੰਗੇ ਵਿਦਿਆਲੇ ਵਿੱਚੋਂ ਚੰਗੀ ਸਿੱਖਿਆ ਲੈ ਕੇ ਤੁਰ ਪਏ ਹਾਂ ਤੇ ਮਹਾਰਾਜ ਇਸ ਤਰ੍ਹਾਂ ਸੇਵਾ ਲੈ ਰਿਹਾ ਹੈ। ਬਿਲਕੁਲ ਆਪ ਜੀ ਦੀ ਗੱਲ ਦੇ ਵਿੱਚੋਂ ਬਹੁਤ ਵੱਡਾ ਦਾਨ, ਕੰਨਿਆ ਦਾਨ, ਵਿਦਿਆ ਦਾਨ, ਅੱਖਾਂ ਦਾ ਦਾਨ, ਇਹ ਤਿੰਨ ਉੱਤਮ ਦਾਨ ਜੀ ਆਪਾਂ ਦੱਸੇ ਜਾਂਦੇ ਹਨ ਤੇ ਬਹੁਤ ਬਹੁਤ ਆਪ ਜੀ ਦਾ ਵੱਡਾ ਉਪਰਾਲਾ ਹੈ ਕਿ ਇਹ ਵਡਭਾਗੇ ਨੇ ਉਹ ਗੁਰਮੁਖ ਪਿਆਰੇ ਜਾਂ ਉਹ ਜਿਹਨਾਂ ਨੂੰ ਮਾਲਕ ਇਹ ਸੋਚ ਤੇ ਸੇਧ ਬਖਸ਼ ਕੇ ਸੇਵਾ ਲੈਂਦੇ ਨੇ ਜੀ 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 ਤੇ ਕਿੰਨੇ ਉੱਚੇ ਪਾਕ ਉਹਨਾਂ ਬੱਚਿਆਂ ਦੇ ਕਿ ਉਸ ਸਥਾਨ ਤੇ ਉਸ ਦਿਨ ਤੇ ਉਹ ਆਨੰਦ ਕਾਰਜ ਕਰਾਉਂਦੇ ਨੇ। ਮਹਾਰਾਜ ਆਪ ਜੀ ਤੋਂ ਹੋਰ ਵੱਧ ਚੜ ਕੇ ਸੇਵਾ ਲੈਣ। ਧੰਨਵਾਦ ਜੀ। ਪਜਵਿੰਦਰ ਸਿੰਘ ਜੀ, ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਰਹੇ ਹੋ ਕਿ ਦੇਖੋ ਜਿੱਥੇ ਪੰਜਾਬੀਅਤ ਦੇ ਵਿੱਚ ਆਪਾਂ ਨੂੰ ਮਹਾਰਾਜ ਨੇ ਸਿੱਖਾਂ ਨੂੰ ਇੱਕ ਸੇਵਾ ਦੇ ਲਈ ਜਿੱਥੇ ਦਸਵੰਧ ਮਹਾਰਾਜ ਨੇ ਆਪਾਂ ਨੂੰ ਕਿਹਾ ਵੀ ਆਪਾਂ ਜ਼ਰੂਰ ਅੱਛੇ ਕਾਰਜਾਂ ਲਈ ਆਪਾਂ ਦਸਵੰਧ ਦੇਣਾ ਹੈ। ਦੇਖੋ ਕਿੰਨੀਆਂ ਸੰਸਥਾਵਾਂ ਵੱਖ ਵੱਖ ਤਰੀਕੇ ਦੇ ਨਾਲ ਆਪੋ ਆਪਣੀ ਸੇਵਾ ਨਿਭਾ ਰਹੇ ਨੇ, ਕਿੱਡੀ ਗੁਰੂ ਮਹਾਰਾਜ ਦੀ ਕਿਰਪਾ ਹੈ। ਬੜਾ ਮਾਣ ਮਹਿਸੂਸ ਕਰੀਦਾ ਕਿ ਦੇਖੋ ਮਹਾਰਾਜ ਨੇ ਆਪ ਜੀ ਨੂੰ ਕੀਰਤਨ ਦੀ ਦਾਤ ਬਖਸ਼ੀ, ਜਿੱਥੇ ਆਪ ਜੀ ਨੇ ਇੰਨਾ ਵਡਬੋਲਾ ਖਜ਼ਾਨਾ ਮਹਾਰਾਜ ਦਾ ਸੰਗਤਾਂ ਦੇ ਨਾਲ ਸਾਂਝ ਪਾ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਾਉਂਦਾ, ਮਹਾਰਾਜ ਨੇ ਆਪ ਜੀ ਦੀ ਸੇਵਾ ਲਿੱਤੀ ਤੇ ਆਪ ਜੀ ਨੇ ਕੀਤੀ ਨਿਸ਼ਕਾਮ ਹੋ ਕੇ ਕੀਤੀ, ਇਹ ਬੜੀ ਉੱਚੇ ਭਾਗਾਂ ਦੀ ਨਿਸ਼ਾਨੀ। ਨਾਲ ਨਾਲ ਦੂਜੀਆਂ ਸੇਵਾਵਾਂ ਮਾਲਕ ਦੀ ਇਹ ਰਹਿਮਤ ਆਪਣੇ ਦੇ ਉੱਤੇ ਸਿੱਖ ਦੇ ਉੱਤੇ। ਆਪ ਜੀ ਕਿਸ ਤਰ੍ਹਾਂ ਕੀ ਕਹਿਣਾ ਚਾਹੋ, ਕਿ ਜਿਸ ਤਰ੍ਹਾਂ ਆਪ ਜੀ ਨੇ 20 ਰੁਪਏ ਦੇ ਲੰਗਰ ਦੀ ਗੱਲ ਕੀਤੀ ਸੀ, ਅੱਜ ਸਮੁੱਚਾ ਸੰਸਾਰ ਇਸ ਵਕਤ ਹਰ ਸਿੱਖ ਵੱਲ ਦੇਖਦਾ ਹੈ ਕਿ ਹਰ ਜਗ੍ਹਾ ਲੰਗਰ ਲੱਗੇ ਹਨ, ਆਪਾਂ ਲੋੜਵੰਦਾਂ ਨੂੰ ਹਜੇ ਵੀ ਲੰਗਰ ਛਕਾ ਰਹੇ ਹਾਂ ਸਮੁੱਚੇ ਸੰਸਾਰ ਵਿੱਚ, ਕੱਲਾ ਇੰਡੀਆ 'ਚ ਨਹੀਂ। ਇਹ ਤੇ ਮੈਂ ਸਮਝਦਾ ਵੀ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹ ਸੇਵਾ ਆਪਣੇ ਹਿੱਸੇ ਹੀ ਆਈ ਹੈ। ਸਿਰ ਉੱਚਾ ਹੋ ਜਾਂਦਾ ਹੈ ਜਿੱਥੇ ਕੋਈ ਵੀ ਨਹੀਂ ਖੜਦਾ, ਜਾਤ ਪਾਤ ਮਜ਼ਹਬ ਸਭ ਨੂੰ ਛੱਡ ਕੇ ਆਪਣੇ ਗੁਰਸਿੱਖ ਅੱਗੇ ਜਾ ਕੇ ਲੰਗਰ ਲਾ ਕੇ ਬਹਿ ਜਾਂਦੇ ਨੇ, ਹਰ ਤਰ੍ਹਾਂ ਦੀ ਲੋੜ ਪੂਰੀ ਕਰਦੇ ਨੇ। ਤੇ ਮੈਂ ਸੱਚੀ ਗੱਲ ਆਖਾਂ ਵੀ ਜਿਹੜੇ ਗੁਰੂ ਸਾਹਿਬ ਦਾ ਇਹ ਉਪਦੇਸ਼ ਮੰਨ ਕੇ ਸੇਵਾ ਕਰਦੇ ਨੇ ਉਹਨਾਂ ਨੂੰ ਕਮੀ ਵੀ ਕੋਈ ਨਹੀਂ ਰਹਿੰਦੀ। ਬਿਲਕੁਲ, ਗੁਰੂ ਨਾਨਕ ਮਹਾਰਾਜ ਉਹਨਾਂ ਦੇ ਭੰਡਾਰੇ ਆਪੇ ਹੀ ਭਰ ਕੇ ਰੱਖਦੇ ਨੇ। ਜਿਵੇਂ ਇਵੇਂ ਕਹਿ ਲਈਏ, ਫਿਰ ਜੇ ਵੀ ਸਾਡੀ ਹੱਥੀ ਸਾਡਾ ਹੁੰਦਾ ਹੈ, ਜੇਬ ਗੁਰੂ ਨਾਨਕ ਦੀ ਹੁੰਦੀ, ਜਿੰਨੇ ਮਰਜ਼ੀ ਕੱਢ ਕੇ ਖਰਚੀ ਜਾਈਏ ਕਮੀ ਨਹੀਂ ਆਉਂਦੀ, ਐਸੀਆਂ ਬਖਸ਼ਾਂ ਹੋ ਜਾਂਦੀਆਂ ਨੇ। ਇਹ ਬਖਸ਼ਾਂ ਗੁਰੂ ਸਾਹਿਬ ਆਪ ਨਦਰ ਕਰੇ ਤਾਂ ਇਹ ਸੇਵਾ ਲਈ ਜਾਂਦੀ ਹੈ। ਜਿਵੇਂ ਹੁਣੇ ਤੁਸੀਂ ਨਿਸ਼ਾਨੀਆਂ ਦੀ ਵੀ ਗੱਲ ਕੀਤੀ, ਮਹਾਰਾਜ ਜੀ ਦੀਆਂ ਨਿਸ਼ਾਨੀਆਂ ਦਿਖਾਈਆਂ, ਜਦੋਂ ਹੁਣ ਮੈਂ ਕਦੀ ਸੰਗਤਾਂ 'ਚ ਜਾਂਦਾ, ਜਿਹੜੀਆਂ ਪਿਆਰ ਵਾਲੀਆਂ ਸੰਗਤਾਂ ਹੁੰਦੀਆਂ ਨੇ ਤੇ ਜਿੱਥੇ ਉਹ ਮੈਨੂੰ ਸ਼ਰਧਾ ਨਾਲ ਮਿਲਦੀਆਂ ਨੇ, ਤੇ ਉਹ ਕਈ ਵਾਰ ਮੇਰੇ ਹੱਥਾਂ ਨੂੰ ਹੱਥ ਲਾਉਂਦੀਆਂ ਨੇ। ਕਿਉਂ? ਉਹ ਕਹਿੰਦੇ ਤੁਸੀਂ ਗੁਰੂ ਮਹਾਰਾਜ ਜੀ ਦੇ ਜੋੜਿਆਂ ਨੂੰ ਹੱਥ ਲਾਇਆ, ਗੁਰੂ ਗੋਬਿੰਦ ਸਿੰਘ ਜੀ ਦੇ ਜੋੜਿਆਂ ਨੂੰ ਹੱਥ ਲਾਇਆ, ਤੁਸੀਂ ਮਹਾਰਾਜ ਜੀ ਦੇ ਚੋਲੇ ਨੂੰ ਹੱਥ ਲਾਇਆ। ਇਸ ਤਰ੍ਹਾਂ ਮੈਂ ਸਮਝਦਾ ਵੀ ਇਹ ਜੋ ਮੈਂ ਸੇਵਾ ਕਰ ਸਕਿਆ, ਸੰਗਤਾਂ ਦਾ ਪਿਆਰ ਮੈਨੂੰ ਉਦੋਂ ਵੀ ਵੱਧ ਮਿਲਿਆ, ਮੈਂ ਓਨਾ ਖਰਚਾ ਨਹੀਂ ਕੀਤਾ, ਓਨੀ ਖੇਚਲ ਨਹੀਂ ਕੀਤੀ ਜਿੰਨੀਆਂ ਅਸੀਸਾਂ ਸੰਗਤਾਂ ਨੇ ਮੈਨੂੰ ਦਿੱਤੀਆਂ। ਤੇ ਕਰ ਹੋ ਹੀ ਸਕਦਾ ਜਿਹਦੇ ਤੇ ਗੁਰੂ ਨਾਨਕ ਦੀ ਨਦਰ ਹੋਵੇ ਸੀ, ਉਹਦੀ ਨਦਰ ਤੋਂ ਬਗੈਰ ਕੋਈ ਸੇਵਾ ਨਹੀਂ ਹੁੰਦੀ ਸੀ। ਤੇ ਜਿਸ ਤਰ੍ਹਾਂ ਆਪਾਂ ਮਹਾਰਾਜ ਦੀ ਨਜ਼ਰ ਦੀ ਗੱਲ ਕਰਦੇ ਹਾਂ ਕਿ ਦੇਖੋ ਕਿ ਜਿੱਥੇ ਮਹਾਰਾਜ ਦਾ 550 ਸਾਲਾਂ ਆਪਾਂ ਪਿਛਲੇ ਸਾਲ ਜੀ ਨਵੰਬਰ ਚ ਮਨਾਇਆ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ 72 ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਕਰਤਾਰਪੁਰ ਦਾ ਲਾਂਘਾ ਵੀ ਐਸੀ ਚੀਜ਼ ਜੋ ਕਦੀ ਸੋਚੀ ਨਹੀਂ ਸੀ ਜੀਵਨ ਨਹੀਂ। ਆਪ ਜੀ ਕਹੋਗੇ ਉਸ ਬਾਰੇ? ਨਹੀਂ ਨਹੀਂ ਉਹ ਤੇ ਬਹੁਤ ਭਾਗਾਂ ਵਾਲੀ ਗੱਲ ਸੀ। ਦੇਖੋ ਕਦੋਂ ਦੇ ਅਸੀਂ ਅਰਦਾਸ ਕਰਦੇ, ਮਹਾਰਾਜ ਸਾਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰੇ ਬਖਸ਼ੋ, ਸੇਵਾ ਸੰਭਾਲ ਬਖਸ਼ੋ, ਮਹਾਰਾਜ ਜੀ ਨੇ ਨਦਰ ਕੀਤੀ ਤੇ ਪਿਆਰ ਵਾਲੀਆਂ ਸੰਗਤਾਂ, ਹਾਲਾਂਕਿ ਸਾਡੇ ਇੰਡੀਆ ਤੋਂ ਵੱਧ ਤੁਸੀਂ ਜਿਹੜੇ ਵਿਦੇਸ਼ਾਂ 'ਚ ਬਸਣ ਵਾਲੇ ਹੋ, ਤੁਸੀਂ ਵੱਧ ਦਰਸ਼ਨ ਕੀਤੇ ਇੱਧਰਲੀਆਂ ਸੰਗਤਾਂ ਨੇ, ਸਾਡੇ ਤੇ ਫਿਰ ਵੀ ਕੁਝ ਪਾਬੰਦੀਆਂ ਸਨ, ਅਸੀਂ ਸਾਰੇ ਦਰਸ਼ਨ ਨਹੀਂ ਕਰ ਸਕੇ, ਪਰ ਤੁਸੀਂ ਬਹੁਤ ਲਾਹੇ ਲਏ। ਉਹ ਜਿਹੜੀ ਅਰਦਾਸ
ਗੁਰੂ ਸਾਹਿਬ ਦੇ ਅੱਗੇ ਇੰਨੇ ਚਿਰ ਤੋਂ ਅਸੀਂ ਤੜਪ ਕੇ ਕਰਦੇ ਸੀ, ਮਹਾਰਾਜ ਕਦੀ ਉਹਨਾਂ ਅਸਥਾਨਾਂ ਦੇ ਦਰਸ਼ਨ ਹੋ ਜਾਣ ਜਿੱਥੇ ਬਾਬਾ ਨਾਨਕ ਜੀ ਤੁਹਾਡੇ ਚਰਨ ਪਏ ਨੇ, ਗੁਰੂ ਰਾਮਦਾਸ ਜੀ ਤੁਹਾਡੇ ਚਰਨ ਪਏ ਨੇ, ਉਹ ਸਾਡੀਆਂ ਅਰਦਾਸਾਂ ਜਿਹੜੀਆਂ ਪੂਰੀਆਂ ਹੋਈਆਂ ਤੇ ਮਹਾਰਾਜ ਹੋਰ ਮਿਹਰ ਕਰਨ, ਹੋਰ ਖੁੱਲ ਹੋ ਜਾਵੇ, ਜਿਹੜੇ ਰਹਿ ਗਏ ਉਹ ਵੀ ਦਰਸ਼ਨ ਕਰ ਲੈਣ। ਹਾਂਜੀ ਰਜਵਿੰਦਰ ਸਿੰਘ ਜੀ, ਜਿਸ ਤਰ੍ਹਾਂ ਆਪਣਾ ਸਿੱਖ ਵਿਰਸਾ ਵਿੱਚ ਆਪਾਂ ਨੂੰ ਮਹਾਰਾਜ ਨੇ ਬਹੁਤ ਰਹਿਮਤਾਂ ਕੀਤੀਆਂ ਨੇ, ਬਹੁਤ ਬਖਸ਼ਿਸ਼ਾਂ ਕੀਤੀਆਂ ਨੇ, ਜਿੱਥੇ ਆਪਣੀ ਝੋਲੀ ਵਿੱਚ ਪੰਜ ਪਿਆਰੇ ਮਹਾਰਾਜ ਨੇ ਸਾਜੇ, ਪੰਜਾਂ ਪਿਆਰਿਆਂ ਦੇ ਬਾਅਦ ਪੰਜ ਤਖ਼ਤ ਸਾਡੀ ਝੋਲੀ ਵਿੱਚ ਪਏ ਨੇ। ਆਪ ਜੀ ਸਮੁੱਚੇ ਪਾਸੇ ਵਿਚਰਦੇ ਹੋ, ਇੰਨਾ ਗਿਆਨ ਹੈ, ਥੋੜਾ ਜਿਹਾ ਇਹਦੇ ਬਾਰੇ ਵੀ ਸੰਗਤਾਂ ਦਾ ਸਾਂਝ ਪਾਓ ਕਿ ਮਹਾਰਾਜ ਦਾ ਕੀ ਇਹ ਬਖਸ਼ੀ ਸੀ ਸਾਡੇ ਤੇ। ਤਖਤਾਂ ਦੇ ਬਾਰੇ ਕਿਵੇਂ ਦੀ ਮੈਂ ਸਮਝਿਆ ਨਹੀਂ, ਸਵਾਲ ਦੁਬਾਰਾ ਦੱਸਿਓ। ਪੰਜ ਤਖਤ ਆਪਣੀ ਝੋਲੀ ਵਿੱਚ, ਮਹਾਰਾਜ ਦੇ ਪੰਜ ਤਖਤ ਨੇ ਜੀ ਜੀ, ਜਦੋਂ ਹਾਂਜੀ ਗੁਰਸਿੱਖ ਨੂੰ ਮੌਕਾ ਮਿਲਦਾ ਹੈ ਕਿਸੇ ਵੀ ਤਖਤ ਤੇ ਨਤਮਸਤਕ ਹੋਣ ਦਾ, ਹਾਂਜੀ ਉਸ ਗੁਰਸਿੱਖ ਦੇ ਦਿਲ ਨੂੰ, ਹਿਰਦੇ ਨੂੰ ਪੁੱਛ ਕੇ ਜਾਣੀਏ ਕਿ ਕਿਸ ਤਰ੍ਹਾਂ ਅੰਦਰੋਂ ਬਿਲਕੁਲ ਮਨ ਚੋਂ ਕਿੰਨੀਆਂ ਜੋਦਰੀਆਂ ਮਾਲਕ ਦੇ ਚਰਨਾਂ ਚ ਨਿਕਲਦੀਆਂ ਨੇ ਕਿ ਸੱਚੇ ਪਾਤਸ਼ਾਹ ਰਹਿਮਤ ਕੀਤੀ ਕਿ ਆਪ ਦੇ ਇਸ ਪਾਵਨ ਪੁੱਤਰ ਤੱਕ ਤੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ। ਬਿਲਕੁਲ ਬਿਲਕੁਲ, ਹੁਣ ਜਿਵੇਂ ਅਸੀਂ ਪਟਨਾ ਸਾਹਿਬ ਚਲੇ ਜਾਈਏ ਤੇ ਤੁਹਾਨੂੰ ਇੰਜ ਮਹਿਸੂਸ ਹੁੰਦਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਹੀ ਨੇ ਜਦੋਂ ਤੁਸੀਂ ਦਰਸ਼ਨ ਕਰਦੇ ਹੋ, ਜਦੋਂ ਦਰਬਾਰ ਦੇ ਅੰਦਰ ਜਾ ਕੇ ਉਸ ਖੂਹੀ ਦੇ ਦਰਸ਼ਨ ਕਰਦੇ ਹਾਂ ਤੇ ਫਿਰ ਅਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਲਈਏ ਤੇ ਗੁਰੂ ਮਹਾ ਅਸੀਂ ਹਜ਼ੂਰ ਸਾਹਿਬ ਕਹਿੰਦੇ ਹੀ ਤਾਂ ਹਾਂ ਕਿਉਂਕਿ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਸਦਾ ਹਾਜ਼ਰ ਰਹਿੰਦੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਦਰਸ਼ਨ ਹੋਏ। ਇਸੇ ਤਰ੍ਹਾਂ ਜਿਵੇਂ ਕੀਰਤਨ ਤੋਂ ਇਲਾਵਾ ਦੱਸ ਰਿਹਾ ਨੂੰ ਸ਼ੌਂਕ ਹੈ ਵੀ ਟੈਲੀਵਿਜ਼ਨ ਤੇ ਕੋਈ ਨਵੇਂ ਨਵੇਂ ਪ੍ਰੋਗਰਾਮ ਲਿਆਉਣੇ, ਜਦੋਂ ਆਪਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਮਨਾ ਰਹੇ ਸੀ ਤੇ ਮੈਂ ਇੱਕ ਨਿੱਜੀ ਚੈਨਲ ਵੱਲੋਂ ਸਾਰੀਆਂ ਸੰਗਤਾਂ ਨਾਲ ਸਾਂਝ ਪਾ ਰਿਹਾ ਸੀ। ਇਕੱਲੇ ਇੰਡੀਆ ਤੋਂ ਨੀ, ਪੂਰੇ ਵਰਲਡ ਤੋਂ ਸੰਗਤਾਂ ਆ ਰਹੀਆਂ ਸਨ, ਏਡੇ ਵੈਰਾਗ ਨਾਲ ਆ ਰਹੀਆਂ ਸਨ। ਕੁੱਝ ਲੋਕ ਅੱਖਾਂ ਭਰ ਕੇ ਕਹਿ ਰਹੇ ਸਨ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਵੀ ਦਰਸ਼ਨ ਹੋਏ ਇੱਥੇ। ਇਹ ਗੱਲਾਂ ਭਾਵਨਾ ਦੀਆਂ, ਜਿੰਨੀ ਜਿੰਨੀ ਸਾਡੇ ਅੰਦਰ ਭਾਵਨਾ ਹੈ ਉਹਨਾਂ ਉਹਨਾਂ ਰਸ ਇਹਨਾਂ ਅਸਥਾਨਾਂ ਤੇ ਇਹਨਾਂ ਤਖਤਾਂ ਤੇ ਜਾ ਕੇ ਅਸੀਂ ਮਾਣ ਸਕਦੇ ਹਾਂ। ਗੱਲ ਇਹ ਹੈ ਵੀ ਸਾਡੇ ਅੰਦਰ ਸ਼ਰਧਾ ਕਿੰਨੀ ਹੈ, ਪਿਆਰ ਕਿੰਨਾ ਹੈ, ਭਾਵਨਾ ਕਿੰਨੀ ਹੈ। ਬਸ ਇਹ ਸ਼ੀਸ਼ਾ ਹੈ, ਜਿਸ ਤਰ੍ਹਾਂ ਦਾ ਮੂੰਹ ਬਣਾ ਕੇ ਵੇਖਾਂਗੇ ਉੱਦਾਂ ਹੀ ਦਿਸੇਗਾ। ਜਿੰਨਾ ਪਿਆਰ ਲੈ ਕੇ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਹਜ਼ੂਰ ਸਾਹਿਬ ਜਾਵਾਂਗੇ, ਜ਼ਰੂਰ ਮਿਲਣਗੇ। ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਕਿ ਦੇਖੋ ਉਹ ਬਿਹਾਰ ਦੇ ਮੁੱਖ ਮੰਤਰੀ ਕਿੰਨੇ ਉੱਚੇ ਭਾਗਾਂ ਵਾਲੇ ਸਨ ਕਿ ਜਿਹਨਾਂ ਨੂੰ ਮਹਾਰਾਜ ਨੇ 350 ਸਾਲਾਂ ਦੀ ਸੇਵਾ ਜੀ ਜੀ ਤੇ ਉਹਨਾਂ ਨੇ ਸੇਵਾ ਵੀ ਐਸੀ ਕੀਤੀ ਕਿ ਸੰਸਾਰ ਭਰ ਵਿੱਚ ਸ਼ਤਾਬਦੀ ਜਿਨ੍ਹਾਂ ਨੇ ਪੁਰਾਣੀਆਂ ਪਹਿਲੀਆਂ ਵੀ ਦੇਖੀਆਂ ਸੀ, ਉਹ ਕਹਿੰਦੇ ਸੀ ਇੱਦਾਂ ਦੀ ਸ਼ਤਾਬਦੀ ਕਦੀ ਦੇਖੀ ਨਹੀਂ ਗਈ ਸੀ। ਦੇਖੀ ਨਹੀਂ ਜੀ, ਮੈਂ ਤੇ ਆਪ ਜਦੋਂ ਹਵਾਈ ਜਹਾਜ਼ ਤੋਂ ਉਤਰੇ ਤੇ ਉਹਨਾਂ ਨੇ ਸਾਡੇ ਕੱਪੜੇ ਦੇਖੇ ਵੀ ਇਹ ਤੇ ਗੁਰਦੁਆਰੇ ਵਾਲੇ ਲੱਗਦੇ ਨੇ ਤੇ ਸਾਨੂੰ ਪੁਲਿਸ ਵਾਲੇ ਆਪ ਲੈ ਕੇ ਗਏ, ਮੋਰੇ ਕੈਬਨ ਬਣਾਇਆ ਸੀ ਉਹਨਾਂ ਜੀਓ ਆਇਆ ਕਹਿਣ ਵਾਸਤੇ, ਆਪ ਰਿਸੀਵ ਕਰਦੇ ਸੀ ਪੂਰੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ, ਉੱਥੇ ਆਪ ਪਹੁੰਚਾ ਕੇ ਆਏ ਪੁਲਿਸ ਵਾਲੇ। ਸੇਵਾਦਾਰਾਂ ਦੀ ਜਗ੍ਹਾ ਮੈਂ ਹੈਰਾਨ ਸੀ ਵੇਖ ਕੇ, ਪੁਲਿਸ ਵਾਲੇ ਖੜੇ ਹੱਥ ਜੋੜ ਕੇ ਸਾਨੂੰ ਕਹਿੰਦੇ ਸੀ ਵੀ ਇੱਧਰ ਜਾਣਾ ਇੱਧਰ ਜਾਣਾ। ਦੇਖ ਕੇ ਹੈਰਾਨੀ ਹੁੰਦੀ ਸੀ ਵੀ ਵੇਖੋ ਉਹ ਸਾਡੇ ਧਰਮ ਵਿੱਚੋਂ ਨਹੀਂ ਜਿਹਨਾਂ ਨੇ ਸੇਵਾ ਲਈ, ਪਰ ਸੇਵਾ ਕਿੰਨੀ ਤਤਪਰ ਹੋ ਕੇ ਉਹਨਾਂ ਨੇ ਨਿਭਾਈ, ਕਿਵੇਂ ਉਹਨਾਂ ਨੇ ਸੇਵਾ ਨਿਭਾਈ, ਮਹਾਰਾਜ ਨੇ ਕਿਵੇਂ ਸੇਵਾ ਲਈ ਉਹ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਆਪ ਹੀ ਜਾਣਦੇ ਨੇ। ਪਰ ਬਾ ਕਮਾਲ ਸੇਵਾ ਸੀ ਉਹਨਾਂ ਦੀ, ਜਿੰਨੀ ਸਿਫਤ ਕਰੀ ਉਨੀ ਥੋੜੀ ਸੀ। ਬਿਲਕੁਲ, ਤੇ ਆਪ ਤਖ਼ਤ ਦੀ ਤਖ਼ਤ ਸਾਹਿਬ ਦੀ ਗੱਲ ਕਰ ਰਹੇ ਹੋ ਕਿ ਤਖ਼ਤ ਸਾਹਿਬ ਵੀ ਦੇਖੋ ਇਸ ਤਖ਼ਤ ਤੇ ਸੇਵਾ ਕਾਫੀ ਸਮੇਂ ਤੋਂ ਨਹੀਂ ਹੋਈ ਸੀ ਤੇ ਉਹ ਵੀ ਝੋਲੀ ਵਿੱਚ ਸਾਡੇ ਯੂਕੇ ਦੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਿੱਥੇ ਦੀ ਝੋਲੀ ਵਿੱਚ ਪਈ, ਜਿਹੜੇ ਕਿਸ ਚੈਨਲ ਦੇ ਵੀ ਚੇਅਰਮੈਨ ਹਨ, ਤੇ ਦੇਖੋ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਪਤਨਾ ਸਾਹਿਬ ਇਸ ਵਕਤ ਹਰ ਇੱਕ ਦੀ ਭਾਵਨਾ ਕਿ ਅਸੀਂ ਨਤਮਸਤਕ ਹੋਣ, ਮਾਲਕ ਮਿਹਰ ਕਰ ਅਸੀਂ ਜ਼ਰੂਰ ਜਾਣਾ। ਜੀ 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 ਜੀ, ਗੁਰੂ ਮਿਹਰ ਰੱਖੇ। ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਗਈਆਂ, ਵੈਸੇ ਤਾਂ ਕੋਈ ਐਸਾ ਸਿੱਖ ਨਹੀਂ ਹੋਏਗਾ ਜਿਹਨੇ ਨਹੀਂ ਦਰਸ਼ਨ ਕੀਤੇ, ਪਰ ਹੁਣ ਸਾਨੂੰ ਪਹਾੜਾਂ ਜੰਗਲਾਂ ਵੱਲ ਜਾਣ ਦੀ ਲੋੜ ਹੀ ਨਹੀਂ ਹੈ, ਹਵਾਈ ਜਹਾਜ਼ ਜਾਂਦੇ ਨੇ ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਰਸ ਮਾਣੀਏ। ਸਭ ਪਕੜੋ ਚਰਨ ਗੋਬਿੰਦ ਕੇ, ਛਾਡੋ ਜੰਜਾਰਾ ਤੇ ਆਪਾਂ ਆਪਣੇ ਤਖਤਾਂ ਵੱਲ ਨੂੰ ਜਾਈਏ, ਪਟਨਾ ਸਾਹਿਬ ਜਾਈਏ, ਹਜ਼ੂਰ ਸਾਹਿਬ ਜਾਈਏ, ਅਕਾਲ ਤਖ਼ਤ ਦੇ ਦਰਸ਼ਨ ਕਰੀਏ, ਸਾਡੇ ਕੋਲ ਕੇਸਗੜ੍ਹ ਸਾਹਿਬ ਉਹਦੇ ਦਰਸ਼ਨ ਕਰੀਏ ਤੇ ਦਮਦਮਾ ਸਾਹਿਬ ਜਾਈਏ ਤੇ ਤਖਤਾਂ ਤੇ ਗੁਰੂ ਦੇ ਪਿਆਰ ਦਾ ਆਨੰਦ ਮਾਣੀਏ ਤੇ ਪੂਰਨ ਸਤਿਕਾਰ ਵੀ ਦਿਲੋਂ ਕਰੀਏ, ਆਦਰ ਮਾਣ ਵੀ ਕਰੀਏ। ਬਿਲਕੁਲ ਬਿਲਕੁਲ,
जी ਭਾਈ ਜਵੰਦ ਸਿੰਘ ਜੀ, ਜਿਸ ਤਰ੍ਹਾਂ ਆਪ ਜੀ ਵਿਦੇਸ਼ਾਂ ਵਿੱਚ ਵਿਚਰਦੇ ਹੋ, ਆਪ ਜੀ ਇੱਥੇ ਦੇ ਸਿੱਖਾਂ ਦਾ, ਬੱਚਿਆਂ ਦਾ, ਆਉਣ ਵਾਲੀ ਜਨਰੇਸ਼ਨ ਨੂੰ ਆਪ ਜੀ ਵਿਚਰਦੇ ਹੋ, ਦੇਖਦੇ ਹੋ, ਕੀਰਤਨ ਵੀ ਕਰਦੇ ਹਨ ਗੁਰਸਿੱਖੀ ਪਹਿਰਾਵੇ ਵਿੱਚ ਵੀ, ਆਪ ਜੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਸਿੱਖੀ ਕਿਸ ਤਰਫੋਂ ਜਾ ਰਹੀ ਹੈ ਇਹਨਾਂ ਵਿਦੇਸ਼ਾਂ ਦੇ ਵਿੱਚ? ਜਦੋਂ ਕਦੀ ਵਿਦੇਸ਼ਾਂ ਵਿੱਚ ਆਈਦਾ ਫਿਰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸਾਰੇ ਸਿੱਖ ਇੱਧਰ ਆ ਗਏ ਨੇ, ਵੀ ਇੰਡੀਆ 'ਚ ਸਿੱਖ ਨਹੀਂ ਰਹਿ ਗਏ। ਇਸ ਤਰ੍ਹਾਂ ਕਈ ਵਾਰੀ ਦੇਖਣ ਨੂੰ ਲੱਗਦਾ ਜਿਵੇਂ ਅਸੀਂ ਹੁਣ ਕੀਰਤਨ ਕਰਦੇ ਹਾਂ, ਬੱਚੇ ਸਿੱਖੀ ਵਾਲੇ ਬਾਣੇ ਪਾ ਕੇ ਆਉਂਦੇ ਨੇ, ਉੱਪਰ ਦੀ ਕਿਰਪਾਨ, ਕਿਸੇ ਨੇ ਨਿਹੰਗਾ ਵਾਲਾ ਵਸਤਰ ਪਾਏ ਹੋਏ ਨੇ, ਕਿਸੇ ਨੇ ਗੋਲ ਦਸਤਾਰ, ਕਿਸੇ ਦੇ ਸਿਮਰਨਾ ਕੜਾ, ਇੱਦਾਂ ਦੀਆਂ ਇਹ ਚੀਜ਼ਾਂ ਸਾਡੇ ਇੰਡੀਆ 'ਚ ਹੈ ਨਹੀਂ। ਇੱਦਾਂ ਲੱਗਦਾ ਬਈ ਮਹਾਰਾਜ ਜੀ ਦੀ ਕਿਰਪਾ ਇੱਧਰ ਜ਼ਿਆਦਾ ਵਰਤ ਗਈ। ਸਿੱਖੀ ਬਹੁਤ ਜ਼ਿਆਦਾ ਕਨੇਡਾ, ਅਮਰੀਕਾ, ਇੰਗਲੈਂਡ ਅਸੀਂ ਜਾਂਦੇ ਹਾਂ, ਇਸ ਤਰ੍ਹਾਂ ਮਹਿਸੂਸ ਹੁੰਦਾ ਕਈ ਵਾਰੀ ਵੀ ਇਸ ਤਰ੍ਹਾਂ ਕਿਉਂ ਹੋ ਗਿਆ, ਸਾਡੇ ਵੀ ਬਹੁਤ ਹੋਣਾ ਚਾਹੀਦਾ ਇਸ ਤਰ੍ਹਾਂ। ਪਰ ਸਿੱਖੀ ਬਹੁਤ, ਤੁਸੀਂ ਬਹੁਤ ਅੱਗੇ ਹੋ ਸਾਡੇ ਨਾਲ, ਮਾਲਕ ਦੀ ਕਿਰਪਾ ਜੀ, ਵੱਡੇ ਵਡੇਰਿਆਂ ਦੀ ਸਾਡੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਇਹਨਾਂ ਉਹਨੇ ਸਮੇਂ ਦੇ ਇੰਨੀ ਔਖਿਆਈ ਦੇ ਵਿੱਚ ਤਿਲ ਫੁੱਲ ਜੋੜ ਜੋੜ ਕੇ ਗੁਰੂ ਘਰ ਸਥਾਪਿਤ ਕੀਤੇ, ਗੁਰੂ ਘਰਾਂ ਦੇ ਵਿੱਚੋਂ ਫਿਰ ਗੁਰਸਿੱਖੀ ਪੰਜਾਬੀ ਮਾਂ ਬੋਲੀ ਉੱਥੋਂ ਬੱਚਿਆਂ ਨੂੰ ਫਿਰ ਸਿੱਖ ਕੇ ਬੱਚੇ ਜਿਹੜੇ ਨੇ ਇਸ ਪਾਸੇ ਨੂੰ ਲੱਗੇ। ਸਾਡੇ ਵਿਦੇਸ਼ਾਂ ਦੇ ਵਿੱਚ ਗੁਰੂ ਘਰਾਂ ਦੀ ਬਹੁਤ ਵੱਡੀ ਦੇਣ ਹੈ, ਬਹੁਤ, ਕਿਉਂਕਿ ਇੱਕ ਤਾਂ ਪਹਿਲਾਂ ਮਾਲਕ ਦੀ ਇੰਨੀ ਕਿਰਪਾ, ਆਪ ਜੀ ਵੀ ਦੇਖਦੇ ਹੋ ਕਿ ਕੋਈ ਸ਼ਹਿਰ ਚਲ ਜਾਈਏ ਮਹਾਰਾਜ ਦੇ ਗੁਰਦੁਆਰੇ ਇੰਨੇ ਸੁੰਦਰ ਸੁੰਦਰ ਸਥਾਨ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਏ ਹਨ, ਤੇ ਸਿੱਖ ਜਿੱਥੇ ਵੀ ਜਾਂਦੇ ਹਨ ਸੇਵਾ ਭਾਵਨਾ ਮਾਲਕ ਨੇ ਰਹਿਮਤ ਕੀਤੀ ਹੈ, ਤਨ ਮਨ ਧਾਨਾ ਸੇਵਾ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਵੀ ਲੈਂਦੇ ਹਨ। ਅਸੀਂ ਵੀ ਵੈਸਟਰਨ ਸੁਸਾਇਟੀ ਅੱਜ ਵੀ ਰੈਕੋਗਨਾਈਜ਼ ਕਰਦੀ ਹੈ ਕਿ ਸਿੱਖ ਪਾਰਟ ਆਫ ਸੁਸਾਇਟੀ ਬਣ ਜਾਂਦੇ ਹਨ ਤੇ ਬਹੁਤ ਵੱਡਾ ਇੱਕ ਰੋਲ ਅਦਾ ਕਰਦੇ ਹਨ ਸੁਸਾਇਟੀ ਦੇ ਵਿੱਚ। ਇਹ ਜਿੱਥੇ ਸਨਮਾਨ ਮਾਨ ਮਾਲਕ ਬਖਸ਼ਦੇ ਨੇ, ਪਰ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਉਹ ਬੂਟੇ ਲਾਏ ਵੱਡੇ ਵਡੇਰਿਆਂ ਦੇ, ਅੱਜ ਦੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਸਨੂੰ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਕਿਉਂਕਿ ਭਾਗਾਂ ਤੋਂ ਬਿਨਾਂ, ਮਾਂ ਬਾਪ ਦੀ ਸਿੱਖਿਆ ਤੋਂ ਬਿਨਾਂ, ਗੁਰੂ ਮਹਾਰਾਜ ਗੁਰਦੁਆਰੇ ਦੀ ਸੰਗਤ ਕਰਕੇ, ਨਕਮਸਤਕ ਹੋ ਕੇ ਸੇਵਾ ਕਰਕੇ ਇਨਸਾਨ ਨੂੰ ਸੋਝੀ ਨਹੀਂ ਪ੍ਰਾਪਤ ਹੁੰਦੀ। ਜੀ ਜੀ ਭਜਵੰਤ ਸਿੰਘ ਜੀ, ਜਿੱਥੇ ਜਿੱਥੇ ਆਪ ਜੀ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪ ਜੀ ਸੇਵਾਵਾਂ ਕਰਦੇ ਹੋ, ਆਪ ਬਹੁਤ ਵੱਡੇ ਵੱਡੇ ਸਮਾਗਮ ਵਿੱਚ ਵੀ ਹਾਜ਼ਰੀ ਲਾਉਂਦੇ ਹੋ ਜੀ, ਇੱਕ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਰਾਗੀ ਜਿਹੜੇ ਹੁੰਦੇ ਹਨ, ਆਪਾਂ ਕਈ ਵਾਰੀ ਮੈਂ ਜ਼ਿਕਰ ਕਰਦਾ ਕਿਉਂਕਿ ਇਸ ਪ੍ਰੋਗਰਾਮ ਵਿੱਚ ਬੜੀ ਵਾਰੀ ਮਾਲਕ ਕਿਰਪਾ ਕਰਦੇ ਨੇ, ਅਸੀਂ ਬਖਸ਼ੀਆਂ ਰੂਹਾਂ ਨਾਲ ਦਰਸ਼ਨ ਦਿਦਾਰੇ ਹੁੰਦੇ ਹਨ, ਕਿ ਜਦੋਂ ਆਪ ਜੀ ਕੀਰਤਨ ਕਰਦੇ ਹੋ, ਮਾਲਕ ਰਹਿਮਤ ਕਰਦੇ ਨਾਲ ਆਪਣੇ ਆਪ ਸੇਵਾ ਲੈਂਦੇ ਹਨ, ਕਈ ਵਾਰੀ ਬਿਨਾਂ ਤਿਆਰੀ ਤੋਂ ਵੀ ਮਾਲਕ ਆਪ ਸੇਵਾ ਲੈਂਦੇ, ਆਪ ਜੀ ਵੀ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਜ਼ਰੂਰ ਇਸ ਨਾਲ, ਕਿਉਂਕਿ ਯੰਗਸਟਰ ਜੋ ਦੇਖ ਰਹੇ ਹਨ, ਜੋ ਬੱਚੇ ਸਾਡੇ ਦੇਖਦੇ ਹਨ, ਜੋ ਇਸ ਦੇਖਦੇ ਨੇ ਕਿ ਸਿੱਖਸ਼ੀਤਾਂ ਦੀ ਕਿੱਡੀ ਵੱਡੀ ਇੱਕ ਮਾਲਕ ਦੀ ਕਿਰਪਾ ਹੈ, ਉਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਵਿਸ਼ੇਸ਼ ਤਿਆਰੀ ਵੀ ਹੁੰਦੀ ਹੈ ਕਈ ਵਾਰੀ, ਅਸੀਂ ਵਿਸ਼ੇਸ਼ ਤਾਂ ਤਿਆਰੀ ਕੀਤੀ ਹੁੰਦੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਆਪਾਂ ਸੰਗਤ ਵਿੱਚ ਜਾਂਦੇ ਹਾਂ, ਸੰਗਤ ਵਿੱਚ ਜਾ ਕੇ ਬੈਠਦੇ ਹਾਂ, ਸੰਗਤ ਦਾ ਮਾਹੌਲ ਵੇਖਦੇ ਹਾਂ, ਤੇ ਉਹ ਜੋ ਕਈ ਵਾਰੀ ਸਭ ਕੁਝ ਬਦਲ ਜਾਂਦਾ। ਕਈ ਵਾਰੀ ਤੇ ਐਸੀ ਤਰ੍ਹਾਂ ਹੁੰਦਾ ਵੀ ਥੱਲੇ ਕੁਝ ਸਟੇਜ ਦੇ ਹੋਰ, ਜਦ ਤੁਸੀਂ ਸਟੇਜ ਤੇ ਬਹਿ ਕੇ ਸੰਗਤ ਵੱਲ ਵੇਖਦੇ ਹੋ ਤੇ ਤੁਹਾਡਾ ਜਿਹੜਾ ਜੋ ਤੁਸੀਂ ਬੋਲਣਾ ਹੁੰਦਾ ਉਹ ਸਾਰਾ ਕੁਝ ਬਦਲ ਜਾਂਦਾ, ਤੁਸੀਂ ਕੁਝ ਹੋਰ ਗਾਉਣ ਲੱਗ ਪੈਂਦੇ, ਹੋਰ ਬੋਲਣ ਲੱਗ ਪੈਂਦੇ ਹੋ, ਤੇ ਨਾਲ ਦੇ ਵੀ ਸਾਥੀ ਕਹਿੰਦੇ ਵੀ ਇਹ ਤਾਂ ਆਪਾਂ ਸੋਚਿਆ ਹੀ ਨਹੀਂ ਸੀ, ਤੁਸੀਂ ਇਹ ਪ੍ਰਕਰਨ ਲਾਇਆ, ਇਹ ਸ਼ਬਦ ਪੜਿਆ, ਇਹ ਤਾਂ ਪੜ੍ਹਨਾ ਹੀ ਨਹੀਂ ਸੀ। ਫਿਰ ਕਈ ਵਾਰੀ ਸੋਚੀਦਾ ਵੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੁਲਾਉਂਦੇ ਨੇ ਉਸੇ ਤਰ੍ਹਾਂ ਬੋਲ ਹੁੰਦਾ ਉੱਥੇ ਜਾ ਕੇ। ਤੇ ਜਿਹੜੇ ਚੰਗੇ ਕੀਰਤਨੀਏ ਨੇ, ਜਿਵੇਂ ਮਹਾਂਪੁਰਸ਼ਾਂ ਨੇ ਸਮਤ ਬਖਸ਼ੀ ਹੈ ਵੀ ਕੀਰਤਨ ਸੁਣਾਉਣ ਨਹੀਂ ਜਾਣਾ, ਕੀਰਤਨ ਸੁਣਨਾ ਵੀ ਹੈ। ਜੇ ਤੁਸੀਂ ਲੇਟ ਵੀ ਹੋ ਜਾਓ ਤਾਂ ਵੀ ਦਰਬਾਰ ਵਿੱਚ ਜਾ ਕੇ ਅੱਧਾ ਘੰਟਾ ਕੀਰਤਨ ਪਹਿਲਾਂ ਸੁਣਨਾ ਆ ਆਪ, ਤਾਂ ਕਿ ਤੁਹਾਡੇ ਕੀਰਤਨ 'ਚ ਵੀ ਰਸ ਆਵੇ ਤੇ ਸੰਗਤਾਂ ਦਾ ਜੋ ਤੁਹਾਡੇ ਪ੍ਰਤੀ ਸਤਿਕਾਰ ਤੇ ਪਿਆਰ ਵੀ ਬਣਿਆ ਰਹੇ। ਇਸ ਲਈ ਦਸਰਿਆਂ ਦੀ ਇੱਛਾ ਹੁੰਦੀ ਹੈ ਵੀ ਕੀਰਤਨ ਪਹਿਲਾਂ ਪੌਣਾ ਘੰਟਾ ਅੱਧਾ ਘੰਟਾ ਸੁਣਨਾ ਆ, ਤੇ ਫਿਰ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਮਹਾਰਾਜ ਸਮਤ ਬਖਸ਼ੋ ਮੈਂ ਹੁਣ ਕੀ ਬੋਲਾਂ। ਉਸ ਵੇਲੇ ਦਿਮਾਗ ਵਿੱਚ ਸੋਚ ਆਉਂਦੀ ਵੀ ਅੱਜ ਤੂੰ ਇਹ ਬੋਲਣਾ। ਫਿਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਓਟ ਲੈ ਕੇ, ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਲੈ ਕੇ ਜਦੋਂ ਬਾਜੇ ਤੇ ਬੈਠੀਦਾ ਹੈ, ਫਿਰ ਆਪ ਨਹੀਂ ਗਾਈਦਾ, ਫਿਰ ਗੁਰੂ ਨਾਨਕ ਗਾਉਂਦੇ ਨੇ ਜੀ, ਫਿਰ ਉਹ ਬੋਲਦੇ ਨੇ ਜੀ। ਇਸ ਤਰ੍ਹਾਂ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ,
ਇਹ ਕੀਰਤਨੀ ਦਾ ਆਪਣਾ ਤਜਰਬਾ ਹੈ, ਹਾਂਜੀ, ਸੰਗਤ ਵਿੱਚ ਐਸੇ ਸਰੋਤੇ ਬੈਠੇ ਹੁੰਦੇ ਨੇ ਉਹਨਾਂ ਵੱਲ ਵੇਖ ਕੇ ਤੁਸੀਂ ਜੁੜ ਜਾਂਦੇ। ਤੇ ਕਈ ਵਾਰੀ ਐਸਾ ਵੀ ਹੁੰਦਾ ਹੈ ਸੰਗਤ 'ਚ ਐਸੇ ਵੀ ਬੈਠੇ ਹੁੰਦੇ ਨੇ ਜਿਹਨਾਂ ਵੱਲ ਵੇਖ ਕੇ ਤੁਸੀਂ ਟੁੱਟ ਜਾਂਦੇ। ਜੀ ਜੀ ਸੰਗਤ 'ਚ ਤੁਹਾਡਾ ਕੀਰਤਨ ਨੂੰ ਮਨ ਨਹੀਂ ਲੱਗਦਾ, ਉਹਨਾਂ ਦੀ ਹਰਕਤ, ਉਹਨਾਂ ਦਾ ਸੁਭਾਅ, ਫਿਰ ਇੰਜ ਵੀ ਸੋਚ ਲਈਦਾ ਵੀ ਕਈ ਬੰਦੇ ਕਮਾਈ ਵਾਲੇ ਹੁੰਦੇ ਨੇ, ਸੰਗਤ ਵਿੱਚ ਬਹੁਤ ਕਮਾਈਆਂ ਵਾਲੇ, ਪਤਾ ਨਹੀਂ ਗੁਰੂ ਨਾਨਕ ਕਿਹੜੇ ਰੂਪ ਵਿੱਚ ਬੈਠਾ, ਕਿਹਦੇ ਹਿਰਦੇ 'ਚ ਬੈਠਾ, ਉਹਦੇ ਵੱਲ ਵੇਖ ਕੇ ਕੀਰਤਨ ਸੁਣਦੇ ਆ ਤੇ ਕੀਰਤਨ ਦਾ ਹੋਰ ਰਸ ਵਧਣ ਲੱਗ ਪੈਂਦਾ। ਇਸ ਤਰ੍ਹਾਂ ਦੇ ਕੀਰਤਨ ਦੇ ਤਜਰਬੇ ਹੁੰਦੇ ਨੇ ਜੀ। ਆਪ ਜੀ ਜੋ ਸਾਡੇ ਬੱਚੇ ਸੁਣਦੇ ਨੇ, ਜੋ ਸਾਡੇ ਯੰਗਸਟਰ ਨੇ ਜੋ ਕੀਰਤਨ ਕਰਦੇ ਨੇ, ਕੀਰਤਨ ਕਰਨਾ ਚਾਹੁੰਦੇ ਹਨ, ਜੀ ਮਹਾਰਾਜ ਨੇ ਸਾਡੀ ਕੀਰਤਨ ਇੱਕ ਐਸਾ ਸਾਡੀ ਝੋਲੀ ਵਿੱਚ ਦਾਤ ਬਖਸ਼ੀ ਹੈ ਕਿ ਜਦੋਂ ਕੀਰਤਨ ਨਹੀਂ ਵੀ ਕਰਨਾ ਆਉਂਦਾ, ਜਦੋਂ ਕੀਰਤਨ ਸਾਡੇ ਕੰਨਾਂ ਵਿੱਚ ਪੈਂਦਾ ਹੈ, ਉਹ ਮਨ ਦੀ ਐਸੀ ਖੁਰਾਕ ਹੈ, ਇੱਕ ਐਸੀ ਬਖਸ਼ਿਸ਼ ਅੰਦਰੀ, ਜਦੋਂ ਆਪਾਂ ਬਾਣੀ ਸਰਵਣੀ ਕਰਦੇ ਹਾਂ, ਤੁਸੀਂ ਮਹਿਸੂਸ, ਤੁਸੀਂ ਦੱਸ ਨਹੀਂ ਸਕਦੇ ਕਿ ਇਨਸਾਨ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ। ਜੀ ਆਪ ਜੀ ਵੀ ਥੋੜ੍ਹਾ, ਕਿਉਂਕਿ ਆਪ ਜੀ ਨੇ ਸਾਰੀ ਉਮਰ ਇਸ ਸੇਵਾ ਵਿੱਚ ਨਿਭਾਈ ਹੈ, ਜੋ ਬੱਚੇ ਜੋ ਕੀਰਤਨ ਕਰ ਰਹੇ ਹਨ, ਆਪ ਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ, ਤਾਂ ਜੋ ਕਿ ਉਹ ਵੀ ਆਪਣੇ ਜੀਵਨ ਨੂੰ ਜਿਸ ਆਦਰਸ਼ ਰਾਹੀਂ, ਜਿਸ ਜੀਵਨ ਰਾਹੀਂ ਆਪ ਜੀ ਵਿਚਰੇ ਹੋ, ਉਹਨਾਂ ਦੀ ਨੂੰ ਕੀ ਸੇਧ ਦੇਣਾ ਚਾਹੋਗੇ? ਮੈਂ ਤੇ ਇਹੀ ਬੇਨਤੀ ਕਰਾਂਗਾ ਜੀ, ਸਾਰੇ ਸਿਆਣੇ ਨੇ ਬਹੁਤ, ਵੀ ਕੀਰਤਨ ਹੈ ਜਿਹੜਾ ਉਹ ਕੋਈ ਕਲਾ ਨਹੀਂ, ਕਲਾਕਾਰੀ ਨਹੀਂ ਹੈਗੀ, ਕੀਰਤਨ ਇੱਕ ਬੰਦਗੀ ਹੈ। ਬੰਦਗੀ ਬੰਦਗੀ ਦੀ ਤਰ੍ਹਾਂ ਹੋਵੇ ਤਾਂ ਹੀ ਜਚਦੀ ਹੈ। ਜੇ ਮੈਂ ਸਟੇਜ ਤੇ ਜਾ ਕੇ ਇਹ ਦਿਖਾਵਾਂ ਵੀ ਮੈਂ ਹਾਰਮੋਨੀਅਮ ਕਿੰਨਾ ਵਧੀਆ ਵਜਾ ਲੈਣਾ ਤੇ ਮੈਂ ਆਵਾਜ਼ ਕਿੰਨੀ ਵਧੀਆ ਲਾ ਲੈਣਾ ਆ, ਫਿਰ ਕੁਝ ਵੀ ਨਹੀਂ ਹੈਗਾ, ਕਿਉਂਕਿ ਇਹ ਕਲਾਕਾਰੀ ਤੇ ਹੈ ਨਹੀਂ ਨਾ, ਇਹ ਤੇ ਬੰਦਗੀ ਹੈ। ਬੰਦਗੀ ਨੂੰ ਬੰਦਗੀ ਵਾਂਗ ਕਰਾਂਗੇ ਤੇ ਫਿਰ ਜਿਵੇਂ ਮੈਂ ਪਹਿਲਾਂ ਆਖਿਆ, ਫਿਰ ਤੁਸੀਂ ਨਹੀਂ ਬੋਲਣਾ, ਫਿਰ ਗੁਰੂ ਨਾਨਕ ਨੇ ਬੋਲਣਾ। ਤੇ ਜਦੋਂ ਗੁਰੂ ਬੋਲਦਾ ਹੈ ਫਿਰ ਸੰਗਤਾਂ, ਜਿਵੇਂ ਬਾਬਾ ਈਸ਼ਰ ਸਿੰਘ ਜੀ ਦੀਆਂ ਮੈਂ ਤੁਹਾਨੂੰ ਬਾਤ ਸੁਣਾ ਰਿਹਾ ਸੀ, ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਬਾਰੇ, ਜੀ ਸਾਰੇ ਮਹਾਂਪੁਰਸ਼ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਹੈ, ਸਾਰੇ ਸਤਿਕਾਰਯੋਗ ਨੇ। ਉਹ ਕੀਰਤਨ ਇੱਕ ਦਿਨ ਕਰ ਰਹੇ ਸੀ ਤੇ ਇੱਕ ਪ੍ਰੇਮੀ ਨੇ ਆਖਿਆ, ਬਾਬਾ ਜੀ ਇੱਕ ਐਸੀ ਆਵਾਜ਼ ਸੰਗਤ ਵਿੱਚੋਂ ਆ ਰਹੀ ਸੀ, ਜਦੋਂ ਉਹ ਆਵਾਜ਼ ਆਉਂਦੀ ਸੀ ਤੇ ਇੱਕਦਮ ਮਨ ਜੁੜਦਾ ਸੀ। ਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਉਹ ਮੇਰੇ ਗੁਰੂ ਨਾਨਕ ਦੀ ਆਵਾਜ਼ ਸੀ ਜਿਹੜੀ ਸੰਗਤ ਵਿੱਚੋਂ ਆ ਰਹੀ ਸੀ। ਐਸਾ ਕੀਰਤਨ ਕਰੀਏ ਜਿਹਦੇ ਨਾਲ ਅਸੀਂ ਸੰਗਤ ਨੂੰ ਵੀ ਗਵਾ ਸਕੀਏ, ਸੰਗਤ ਵੀ ਕੀਰਤਨ ਕਰੇ। ਅਸੀਂ ਰਾਗੀ ਬਾਅਦ ਵਿੱਚ ਹਾਂ, ਕੀਰਤਨੀਏ ਪਹਿਲਾਂ, ਕੀਰਤਨੀਏ ਬਣ ਕੇ ਕੀਰਤਨ ਕਰਨਾ ਹੈ। ਜਿਵੇਂ ਬੇਨਤੀ ਕੀਤੀ, ਰਾਗ ਵਿੱਚ ਤੇ ਅਸੀਂ ਗਾਣਾ ਹੀ ਹੈ, ਪਰ ਸਾਨੂੰ ਰਾਗ ਨਹੀਂ, ਸਾਨੂੰ ਤੇ ਵਿਰਾਗ ਲੱਗਾ ਹੋਇਆ ਗੁਰੂ ਨਾਨਕ ਨਾਲ। ਕਦੀ ਵੀ ਕੀਰਤਨ ਦੇ ਵਿੱਚ ਰਾਗ ਨੂੰ ਭਾਰੂ ਨਹੀਂ ਹੋਣ ਦੇਣਾ, ਸ਼ਬਦ ਨੂੰ ਭਾਰੂ ਰੱਖਣਾ ਹੈ। ਕੀਰਤਨ ਕਰਦਿਆਂ ਖਿਆਲ ਰੱਖੀਏ, ਪ੍ਰਧਾਨਤਾ ਸ਼ਬਦ ਦੀ ਰਹਿਣੀ ਚਾਹੀਦੀ ਹੈ, ਰਾਗ ਦੀ ਪ੍ਰਧਾਨਤਾ ਨਹੀਂ ਰੱਖਣੀ। ਸ਼ਬਦ ਦੀ ਪ੍ਰਧਾਨਤਾ ਜਦੋਂ ਅਸੀਂ ਰੱਖਦੇ ਹਾਂ, ਕਿਉਂਕਿ ਫਿਰ ਜਿਹੜੇ ਕੀਰਤਨ ਦੇ ਸਰੋਤੇ ਹੁੰਦੇ ਨੇ, ਜਿਹੜੇ ਆ ਕੇ ਬੈਠੇ ਨੇ, ਉਹ ਸਾਡੀਆਂ ਵਧੀਆ ਟਿਊਨਾਂ ਜਾਂ ਰਾਗ ਸੁਣਨ ਨਹੀਂ, ਉਹ ਤੇ ਸ਼ਬਦ ਸੁਣਨ ਵਾਸਤੇ ਆਏ ਨੇ। ਰਾਗ ਤੇ ਇੱਕ ਭਾਂਡਾ ਹੈ, ਇੱਕ ਬਰਤਨ ਹੈ, ਜਿਵੇਂ ਅਸੀਂ ਉਹਦੇ ਬਰਤਨ ਨੂੰ ਪਦਾਰਥ ਵਿੱਚ ਪਾ ਲਈਏ, ਬਰਤਨ ਦੀ ਬਹੁਤ ਲੋੜ ਹੈ। ਜੇ ਬਰਤਨ ਨਾ ਹੋਵੇ ਤੇ ਪਦਾਰਥ ਪਾਉਣਾ ਕਿੱਥੇ ਹੈ? ਪਰ ਰਜ ਪਦਾਰਥ ਦੇ ਨਾਲ ਆਉਣਾ, ਰਜ ਭਾਂਡਿਆਂ ਨਾਲ ਨਹੀਂ। ਹਾਂਜੀ, ਇਹ ਜਿਹੜਾ ਸੰਗੀਤ ਹੈ ਉਹ ਅਸੀਂ ਗਾਣਾ ਹੈ, ਉਹ ਇੱਕ ਭਾਂਡੇ ਦੀ ਤਰ੍ਹਾਂ ਰੱਖਣਾ, ਤੇ ਜਿਹੜਾ ਵਿੱਚ ਪਾਉਣਾ ਉਹ ਪਦਾਰਥ ਨਾਮ ਦਾ, ਸ਼ਬਦ ਦਾ ਪਦਾਰਥ, ਸ਼ਬਦ ਦੀ ਪ੍ਰਧਾਨਤਾ ਨਾਲ ਜਦੋਂ ਕੀਰਤਨ ਕਰਾਂਗੇ, ਫਿਰ ਗੁਰੂ ਨਾਨਕ ਕੀਰਤਨ ਕਰਾਉਂਦੇ। ਹਾਂਜੀ ਬਿਲਕੁਲ ਜੀ, ਬਿਲਕੁਲ, ਬਹੁਤ ਵਾਜਿਬ ਗੱਲ ਆਪ ਜੀ ਦੀ, ਬਹੁਤ ਇਹਦੇ ਵਿੱਚ ਡੂੰਘਾਈ ਵੀ ਹੈ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ, ਜਦੋਂ ਸਿੱਖ ਪੰਥ ਦੇ ਉਹ ਸ਼ਖਸੀਅਤਾਂ ਆਪਾਂ ਜਦੋਂ ਵਿਚਰ ਰਹੇ ਹਾਂ, ਜਿੱਦਾਂ ਭਾਈ ਨਿਰਮਲ ਸਿੰਘ ਜੀ ਖਾਲਸਾ, ਦੇਖੋ ਗੁਰੂ ਮਹਾਰਾਜ ਦੇ ਕਿਹੜੀ ਕਿਹੜੀਆਂ ਬਖਸ਼ਿਸ਼ਾਂ, ਕਿਸ ਤਰ੍ਹਾਂ ਮਹਾਰਾਜ 31 ਰਾਗਾਂ ਵਿੱਚ ਉਹਨਾਂ ਨੇ ਸ਼ਬਦ ਕੀਰਤਨ ਗਾਇਨ ਕੀਤਾ। ਉਹ ਵਡਭਾਗੀਆਂ ਉਹ ਰੂਹਾਂ ਹਨ ਜੀ, ਜਿਹਨਾਂ ਤੇ ਮਾਲਕ ਦੀ ਇੰਨੀ ਕਿਰਪਾ। ਦੇਖੋ ਸੰਗਤਾਂ ਦੇ ਅੱਗੇ ਆਈ ਉਹ ਨੇ ਜਿਹਨਾਂ ਨੇ ਸ਼ਬਦ ਦੀ ਪ੍ਰਧਾਨਤਾ ਰੱਖੀ ਹੈ। ਭਾਈ ਨਿਰਮਲ ਸਿੰਘ ਹੁਣਾਂ ਨੇ ਸਾਰੀ ਜ਼ਿੰਦਗੀ ਕੀਰਤਨ ਕੀਤਾ, ਬਹੁਤ ਰਾਗ ਦੇ ਧਨੀ ਸੀ, ਪਰ ਸ਼ਬਦ ਦੀ ਪ੍ਰਧਾਨਤਾ ਰੱਖਦੇ ਸਨ। ਮੈਂ ਬਹੁਤ ਸਾਰੇ ਐਸੇ ਕੀਰਤਨੀਆਂ ਨਾਲ ਰਿਹਾ, ਭਾਈ ਬਖਸ਼ੀਸ਼ ਸਿੰਘ ਹੋਏ ਨੇ ਸਭ ਤੋਂ ਪਹਿਲਾਂ, ਜਿਹਨਾਂ ਦਾ ਇੱਕ ਸ਼ਬਦ ਮਸ਼ਹੂਰ ਸੀ, ਪਾਤੀ ਪਾਤੀ ਤੋਰੇ ਮਾਲਣੀ, ਪ੍ਰਾਤਨ ਕੀਰਤਨੀ ਹੋਏ ਨੇ, ਬਹੁਤ ਧਨੀ ਸਨ, ਪਰ ਜਦੋਂ ਕੀਰਤਨ ਕਰਦੇ ਸੀ ਸ਼ਬਦ ਦੀ ਪ੍ਰਧਾਨਤਾ ਨੂੰ ਕਾਇਮ ਰੱਖਦੇ ਸੀ। ਸ਼ਬਦ ਦੀ ਪ੍ਰਧਾਨਤਾ ਕਾਇਮ ਰੱਖਾਂਗੇ ਤਾਂ ਗੁਰੂ ਨਾਨਕ ਦੀਆਂ ਮਿਹਰਾਂ ਸਦੀਆਂ ਵਰਤਦੀਆਂ ਰਹਿਣਗੀਆਂ।
ਬਿਲਕੁਲ ਬਿਲਕੁਲ ਤੇ ਭਾਈ ਜਵੰਤ ਸਿੰਘ ਜੀ, ਜਿਸ ਤਰ੍ਹਾਂ ਆਪਾਂ ਜਿੱਥੇ ਸਾਡੇ ਉਹ ਸਥਾਨ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਜਦੋਂ ਕਦੀ ਜਿਸ ਤਰ੍ਹਾਂ ਆਪ ਜੀ ਨੇ ਜੋ ਸੰਗਤਾਂ ਨਾਲ ਮਹਾਰਾਜ ਦੀਆਂ ਚੀਜ਼ਾਂ ਦੇ ਦਰਸ਼ਨ ਦੀਦਾਰੇ ਕਰਾਏ, ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਬਹੁਤ ਇਹ ਚੀਜ਼ਾਂ ਸੰਭਾਲਣ ਦੀ ਲੋੜ ਹੈ, ਕਿਉਂਕਿ ਆਉਣ ਵਾਲੀਆਂ ਜਨਰੇਸ਼ਨਾਂ ਅੱਗੇ 100-200 ਸਾਲ ਉਹਨਾਂ ਨੂੰ ਪਤਾ ਰਹੇਗਾ ਕਿ ਇਹ ਸਾਡੀਆਂ ਇਹ ਸਾਡਾ ਵਿਰਸਾ ਹੈ ਜੀ ਜੀ। ਉਹਦੇ ਬਾਰੇ ਕੀ ਉਪਰਾਲਾ ਕੀਤਾ ਜਾ ਰਿਹਾ ਕਿ ਜੋ ਜੋ ਆਪ ਜੀ ਨੇ 300 ਤੋਂ ਉੱਤੇ ਜੋ ਚੀਜ਼ਾਂ ਨਿਸ਼ਾਨੀਆਂ ਆਪ ਜੀ ਨੇ ਨਾਲ ਸੰਗਤਾਂ ਦੇ ਰਲ ਕੇ ਇਹ ਸਾਰੀਆਂ ਖੋਜ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਾਏ, ਉਹਨਾਂ ਦੀ ਸੰਭਾਲ, ਉਹਨਾਂ ਦੀ ਲੁੱਕ ਆਫਟਰ ਨੂੰ ਪਰਿਵਾਰ ਹੀ ਕਰ ਰਹੇ ਹਨ, ਕਿਸ ਤਰ੍ਹਾਂ ਚੱਲ ਰਿਹਾ ਉਹਦੇ ਬਾਰੇ? ਹਾਂ, ਉਹਨਾਂ ਦੀ ਉਹ ਪਰਿਵਾਰ ਹੀ ਕਰਦੇ ਨੇ, ਜਿਵੇਂ ਮੈਨੂੰ ਬਹੁਤ ਸਾਰੀਆਂ ਸੰਗਤਾਂ ਫਿਰ ਪੁੱਛਦੀਆਂ ਨੇ ਵੀ ਤੁਸੀਂ ਇਹ ਕਿਸ ਤਰ੍ਹਾਂ ਤੋੜ ਲਿਆ। ਜਿੱਦਾਂ ਅਸੀਂ ਪੜ੍ਹਦੇ ਹਾਂ ਵੀ ਗੁਰੂ ਸਾਹਿਬ ਜੀ ਨੀਲਾ ਚੋਲਾ ਪਾਇਆ ਉੱਚਦੇ ਪੀਰ ਬਣਨ ਵਾਸਤੇ, ਹਨਾ ਜੀ, ਤੇ ਮਹਾਰਾਜ ਜੀ ਦੇ ਪੈਰਾਂ 'ਚ ਜੋੜਾ ਨਿਕਲ ਗਿਆ, ਫਿਰ ਦੱਸ ਰਹੇ ਖੋਜ ਕਰਕੇ ਮਹਾਨ ਕੋਸ਼ ਵਿੱਚੋਂ ਪੜਿਆ ਵੀ ਇੱਕ ਉਹਨਾਂ ਦੇ ਨਾਲ ਉਸ ਵੇਲੇ ਹਲਵਾਈ ਸੀ ਲਾਲ ਚੰਦ, ਸਾਰਾ ਸਮਾਨ ਉਹਨਾਂ ਕੋਲ ਸੀ, ਉਹ ਵੀ ਕਿਉਂਕਿ ਜਲ ਪਾਣੀ ਦਾ ਪ੍ਰਬੰਧ ਉਹ ਨਾਲ ਕਰਦਾ ਸੀ, ਤੇ ਦੱਸ ਰਿਹਾ ਨੇ ਉਹਨਾਂ ਦੇ ਪਰਿਵਾਰ ਨੂੰ ਟੋਲਿਆ। ਉਹਨਾਂ ਦਾ ਪਰਿਵਾਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਇੱਕ, ਅੱਛਾ ਜੀ, ਨੰਗਲ ਪਿੰਡ, ਉਹ ਨੰਗਲ ਵਿੱਚ ਉਸ ਪਿੰਡ ਵਿੱਚ ਰਹਿੰਦੇ ਨੇ। ਤੇ ਮੈਂ ਉਹਨਾਂ ਕੋਲ ਗਿਆ ਕਿ ਗੁਰੂ ਕੇ ਕੀਰਤਨੀਏ ਹੋਣ ਕਰਕੇ ਕਿਹਦੀ ਕੀਰਤਨ ਦੀ ਦਾਤ, ਉਹਦੇ ਨਾਲ ਕਰਕੇ ਸਾਂਝ ਸਾਡੀ ਛੇਤੀ ਬਣਦੀ ਰਹੀ ਸਾਰਿਆਂ ਦਾ। ਉਹਨਾਂ ਨੇ ਵੀ ਮਾਣ ਕੀਤਾ, ਉਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਚੋਲਾ, ਉਹ ਨੀਲਾ ਚੋਲਾ ਜਿਹੜਾ ਮਹਾਰਾਜ ਜੀ ਨੇ ਪਾੜ ਕੇ ਅੱਗ ਸੁੱਟ ਦਿੱਤਾ ਸੀ ਤੇ ਲਾਲ ਚੰਦ ਨੇ ਅੱਗ ਵਿੱਚੋਂ ਕੱਢ ਲਿਆ, ਉਹ ਵੀ ਉਹਨਾਂ ਦੇ ਕੋਲ। ਇੱਕ ਉਹਨਾਂ ਦੇ ਕੋਲ ਹੈਗਾ ਆ ਬਾਟਾ ਜਿਹਦੇ ਵਿੱਚ ਅਸ਼ਟ ਧਾਤ ਦਾ ਬਣਿਆ ਹੋਇਆ ਸੀ। ਇਹ ਸਾਰੀਆਂ ਚੀਜ਼ਾਂ ਯੂਟਿਊਬ ਤੇ ਜਦੋਂ ਨਿਸ਼ਾਨੀਆਂ ਗੁਰੂ ਸਾਹਿਬਾਨ ਦੱਸ ਰਿਹਾ ਦਾ ਨਾਮ ਲਿਖਣਗੇ ਜਾਂ ਤੁਹਾਡੇ ਕੋਲ ਵੀ ਹੈ ਚੈਨਲਾਂ ਤੇ ਤੁਸੀਂ ਦਿਖਾਓਗੇ ਰਸ ਲੈਣਗੀਆਂ, ਉਹ ਅਸ਼ਟ ਧਾਤ ਦਾ ਬਣਿਆ ਹੋਇਆ ਬਾਟਾ ਜਿਹਦੇ ਵਿੱਚ ਮਹਾਰਾਜ ਲੰਗਰ ਪ੍ਰਸ਼ਾਦਾ ਗਨੀ ਖਾਂ ਨਵੀ ਖਾਂ ਦੇ ਘਰ ਛਕਦੇ ਸੀ, ਉਹ ਵੀ ਉਹਨਾਂ ਕੋਲ। ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਟੋਲੇ, ਭਾਈ ਰੂਪ ਚੰਦ ਦਾ ਪਰਿਵਾਰ ਬਠਿੰਡੇ ਜ਼ਿਲ੍ਹੇ ਵਿੱਚ ਭਾਈ ਰੂਪਾ ਹੈ, ਉਹਨਾਂ ਕੋਲ ਬਹੁਤ ਸਾਰੀਆਂ ਨਿਸ਼ਾਨੀਆਂ। ਉਹਨਾਂ ਦੇ ਘਰ ਤੋਸਾ ਖਾਨਾ ਬਣਿਆ ਹੋਇਆ ਸੀ, ਉਹ ਗੁਰੂ ਰਾਮਦਾਸ ਜੀ ਤੋਂ ਲੈ ਕੇ ਉਹਨਾਂ ਦੇ ਪਰਿਵਾਰਾਂ ਦੀ ਸਾਂਝ ਸੀ। ਤੇ ਦੱਸ ਰਿਹਾ ਨੇ ਇਹ ਵੀ ਪੜਿਆ ਸੀ ਜਦੋਂ ਸਾਹਿਬਜ਼ਾਦਾ ਸਾਰੇ ਚਾਰੇ ਸਾਹਿਬਜ਼ਾਦ ਸ਼ਹੀਦ ਹੋ ਗਏ ਤੇ ਸਾਬੋ ਕੀ ਤਲਵੰਡੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਰੁਕੇ ਸਨ, ਭਾਈ ਰੂਪ ਚੰਦ ਉੱਥੇ ਗਏ ਸਨ, ਕਹਿੰਦੇ ਕਲਕੀਆਂ ਬਾਲਿਆ ਮੈਂ ਤੇਰੇ ਜ਼ੋਰਾਵਰ ਸਿੰਘ ਫਤਿਹ ਸਿੰਘ ਨਹੀਂ ਦੇ ਸਕਦਾ, ਮੈਂ ਇੰਨਾ ਕਰ ਸਕਦਾ ਹਾਂ ਆਪਣੇ ਬੱਚੇ ਤੈਨੂੰ ਦੇ ਸਕਦਾ। ਉਹਨਾਂ ਨੇ ਦੋ ਆਪਣੇ ਪੁੱਤਰ ਭਾਈ ਪਰਮ ਸਿੰਘ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੋਰ ਦਿੱਤੇ ਸਨ, ਉਹ ਹਜ਼ੂਰ ਸਾਹਿਬ ਤੱਕ ਨਾਲ ਗਏ। ਬਹੁਤ ਸਾਰੀਆਂ ਨਿਸ਼ਾਨੀਆਂ ਪਰਮ ਸਿੰਘ ਧਰਮ ਸਿੰਘ ਕੋਲ ਤੇ ਬਾਬਾ ਰੂਪ ਸਿੰਘ ਕੋਲ, ਉਹਨਾਂ ਦੇ ਘਰੋਂ ਬਹੁਤ ਨਿਸ਼ਾਨੀਆਂ ਦੱਸ ਰਿਹਾ ਨੇ ਤੁਹਾਨੂੰ, ਰੱਜ ਕੇ ਦਿਖਾਈਆਂ ਤੇ ਤੁਸੀਂ ਸੰਗਤਾਂ ਨੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਇਸ ਤਰ੍ਹਾਂ ਮੈਂ ਇਤਿਹਾਸ ਵਿੱਚੋਂ ਪੜ੍ਹ ਕੇ ਇਹਨਾਂ ਪਰਿਵਾਰਾਂ ਨੂੰ ਟੋਲਦਾ ਰਿਹਾ ਤੇ ਜੋ ਜੋ ਉਹਨਾਂ ਕੋਲ ਨਿਸ਼ਾਨੀਆਂ ਸੀ, ਜੋ ਜੋ ਗੱਲਾਂ ਬਾਤਾਂ ਮੈਨੂੰ ਸੁਣਾਉਂਦੇ ਸਨ। ਬਹੁਤ ਸਾਰਾ ਇਤਿਹਾਸ ਭਾਈ ਸਾਹਿਬ ਐਸਾ ਹੈ ਜਿਹੜਾ ਇਤਿਹਾਸ ਦੇ ਪੰਨਿਆਂ ਤੇ ਨਹੀਂ ਲਿਖਿਆ ਹੁੰਦਾ, ਬਿਲਕੁਲ ਬਿਲਕੁਲ, ਜਿਹੜਾ ਸੀਨਾ ਬਸੀਨਾ ਹੁੰਦਾ ਹੈ। ਹਾਂਜੀ, ਹੁਣ ਜਿਵੇਂ ਪਿੰਡ ਬਿਲਗੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਰਾਤ ਰੁਕੀ ਸੀ, ਉੱਥੇ ਜੋ ਕੁਝ ਹੋਇਆ ਉਹ ਕਿਸੇ ਕਾਗਜ਼ ਦੇ ਪੰਨੇ ਤੇ ਲਿਖਿਆ ਹੀ ਨਹੀਂ, ਬਿਲਕੁਲ, ਸਾਡੇ ਵੱਡ ਵਡੇਰਿਆਂ ਨੇ ਗੁਰੂ ਅਰਜਨ ਦੇਵ ਜੀ ਦੀ ਉਸ ਬਰਾਤ ਨੂੰ ਸਾਂਭਿਆ ਸੀ। ਤੇ ਇਸ ਕਰਕੇ ਜਿਹੜੀਆਂ ਗੱਲਾਂ ਸਾਨੂੰ ਪਤਾ ਹੈ ਉਹ ਕਿਸੇ ਹੋਰ ਨੂੰ ਨਹੀਂ ਪਤਾ, ਬਿਲਕੁਲ। ਬਹੁਤ ਸਾਰੀਆਂ ਐਸੀਆਂ ਗੱਲਾਂ ਬਾਤਾਂ ਮੈਂ ਆਪਣੇ ਕੀਰਤਨ ਰਾਹੀਂ ਉਹ ਸੁਣਾਉਂਦਾ ਹਾਂ ਜਿਹੜੀਆਂ ਉਹਨਾਂ ਪਰਿਵਾਰਾਂ ਦੇ ਨਾਲ ਬੀਤੀਆਂ ਹੋਈਆਂ ਨੇ, ਉਹ ਕਿਸੇ ਕਾਗਜ਼ ਤੇ ਨਹੀਂ ਲਿਖੀਆਂ ਹੋਈਆਂ। ਐਸੀਆਂ ਨਿਸ਼ਾਨੀਆਂ ਦਿਖਾ ਕੇ ਮੈਨੂੰ ਆਪ ਬੜੀ ਖੁਸ਼ੀ ਹੁੰਦੀ ਹੈ, ਚਲੋ ਇਸ ਜੀਵਨ ਵਿੱਚ ਗੁਰੂ ਮਹਾਰਾਜ ਜੀ ਨੇ ਇਹ ਬੜਮੁੱਲੀ ਸੇਵਾ ਜਿਹੜੀ ਉਹ ਦਾਸ ਕੋਲੋਂ ਲਈ ਸੀ। ਜਿਸ ਤਰ੍ਹਾਂ ਬਹੁਤ ਆਪ ਜੀ ਨੇ ਵਿਸਥਾਰ ਨਾਲ ਦੱਸਿਆ, ਪਰ ਪ੍ਰੋਟੈਕਟ ਕਰਕੇ ਪ੍ਰਿਜ਼ਰਵ ਕਰਨਾ ਕਿ ਇਹ ਲੌਂਗ ਟਰਮ ਚੀਜ਼ਾਂ ਜਿਹੜੀਆਂ ਨੇ ਮਹਾਰਾਜ ਦੀ ਨਿਸ਼ਾਨੀਆਂ ਉਸੇ ਤਰ੍ਹਾਂ ਰਹਿਣ, ਉਸ ਤਰ੍ਹਾਂ ਸਾਰੇ ਪਰਿਵਾਰ ਆਪ ਜੀ ਸਿਆਣੇ ਹੋ, ਆਪ ਜੀ ਉਹਨਾਂ ਨੂੰ ਸਿਹਤ ਬਖਸ਼ੀ ਜਾਂਦੇ, ਆਪਾਂ ਇਸ ਤਰ੍ਹਾਂ ਇਹਨਾਂ ਨੂੰ ਸੰਭਾਲਣਾ ਹੈ ਕਰਨਾ ਹੈ। ਹਾਂਜੀ, ਉਹਨਾਂ ਤੇ ਬਹੁਤ ਜ਼ਿਆਦਾ ਮਿਹਰ ਉਹਨਾਂ ਨੇ ਬਹੁਤ ਜ਼ਿਆਦਾ ਸੰਭਾਲਿਆ ਹੋਇਆ ਹੈ, ਗੁਰਸਿੱਖ ਸੰਗਤਾਂ ਨੇ ਬਹੁਤ ਸੇਵਾ ਲਈ। ਬਹੁਤ ਸਾਰੇ ਪਰਿਵਾਰ ਤੇ ਮੈਨੂੰ ਭਾਈ ਬੂਟਾ ਸਿੰਘ ਹੁਣੀ, ਜੋ ਮੈਂ ਭਾਈ ਰੂਪ ਚੰਦ ਦੇ ਪਰਿਵਾਰ ਦੀ ਗੱਲ ਕਰਦਾ, ਉਹ ਮੈਨੂੰ ਇਸ ਤਰ੍ਹਾਂ ਕਹਿ ਰਹੇ ਸਨ, ਕਹਿੰਦੇ ਵੀ ਨਿਸ਼ਾਨੀਆਂ ਤੇ ਸਾਡੇ ਕੋਲ ਪਹਿਲਾਂ ਹੀ ਸੀ ਪਰ ਪ੍ਰਗਟ ਤੂੰ ਕੀਤੀਆਂ। ਜਦੋਂ ਹੁਣ ਮੈਂ ਚੈਨਲਾਂ ਤੇ ਦਿਖਾਉਣਾ, ਯੂਕੇ ਤੋਂ ਕੋਈ ਆਉਂਦਾ
ਤੇ ਮੈਨੂੰ ਫੋਨ ਕਰਦੇ ਆ ਵੀ ਅਰੂਪਾ ਪਿੰਡ ਕਿੱਥੇ ਹੈ। ਸੰਗਤਾਂ ਉਹਨਾਂ ਦੇ ਘਰ ਜਾਂਦੀਆਂ ਨੇ, ਉਹਨਾਂ ਦੇ ਘਰ ਨੇ, ਅੱਜ ਉਹਨਾਂ ਪਰਿਵਾਰਾਂ ਦੇ ਘਰ ਲੋਕੀ ਗੁਰਦੁਆਰਿਆਂ ਵਾਂਗ ਜਾਂਦੇ ਨੇ, ਤੇ ਉਹਨਾਂ ਨੇ ਉਹ ਜਿਹੜੀਆਂ ਵਸਤੂਆਂ ਨੇ ਨਾ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ, ਤੇ ਇੰਡੀਆ ਗੌਰਮੈਂਟ ਨੇ ਇਹ ਉਹਨਾਂ ਨੂੰ ਹੱਕ ਦਿੱਤਾ ਹੋਇਆ ਕਿ ਉਹਨਾਂ ਕੋਲੋਂ ਇਹ ਮਹਾਰਾਜ ਜੀ ਦਾ ਸਮਾਨ ਕੋਈ ਨਹੀਂ ਲੈ ਸਕਦਾ। ਬਿਲਕੁਲ, ਕਿਉਂਕਿ ਉਹਨਾਂ ਦੇ ਵੱਢ ਵਡੇਰਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਸੀ। ਜਿਵੇਂ ਹੁਣ ਆਪਾਂ, ਮੈਂ ਤੁਹਾਨੂੰ ਹੋਰ ਸੁਣਾਵਾਂ ਜੀ, ਫਤਿਹ ਸਿੰਘ ਵਾਲਾ ਪਿੰਡ ਵੀ ਹੈਗਾ, ਜਦੋਂ ਚੱਪੜਚਿੜੀ ਦੇ ਮੈਦਾਨ ਵਿੱਚ ਜੰਗ ਹੋਇਆ, ਹਾਥੀ ਤੇ ਚੜ੍ਹ ਕੇ ਸੂਬੇ ਸਰਹੰਦ ਦਾ ਜੋ ਇੱਕ ਮੋਢਾ ਹੀ ਚੀਰ ਦਿੱਤਾ, ਉਹ ਜਿਹੜੀ ਕਿਰਪਾਨ ਮਾਰੀ ਸੀ ਫਤਿਹ ਸਿੰਘ ਨੇ ਮਾਰੀ ਸੀ, ਉਸ ਕਿਰਪਾਨ ਉਹ ਕਿਰਪਾਨ ਉਹਨਾਂ ਦੇ ਪਰਿਵਾਰ ਕੋਲ ਅੱਜ ਵੀ ਪਈ ਫਤਿਹ ਸਿੰਘ ਪਿੰਡ ਦੇ ਵਿੱਚ। ਉਹ ਵੀ ਮੈਂ ਸੰਗਤਾਂ ਨੂੰ ਦਿਖਾਈ। ਹੋਰ ਐਸੀਆਂ ਨਿਸ਼ਾਨੀਆਂ ਨੇ, ਜੋ ਬਹੁਤ ਸਾਰੀਆਂ ਨਿਸ਼ਾਨੀਆਂ ਸੰਗਤਾਂ ਦੀਆਂ, ਸੰਗਤਾਂ ਨੇ ਦਰਸ਼ਨ ਕੀਤੇ ਤੇ ਮਹਾਰਾਜ ਜੀ ਨੇ ਸੇਵਾ ਲਈ। ਇਹ ਵੀ ਉੱਚੇ ਭਾਗਾਂ ਦੀ ਨਿਸ਼ਾਨੀ ਹੈ ਕਿ ਘਰ ਬੈਠਿਆਂ ਨੂੰ ਮੀਡੀਆ ਰਾਹੀਂ ਅੱਜ ਕੱਲ੍ਹ ਆਪਾਂ ਸੰਗਤਾਂ ਦੇਖ ਸਕਦੀਆਂ ਹਨ, ਦਰਸ਼ਨ ਦੀਦਾਰੇ ਕਰ, ਕਿਉਂਕਿ ਕਈ ਵਾਰੀ ਮੌਕਾ ਨਹੀਂ ਬਣਦਾ, ਹਰ ਇੱਕ ਆ ਨਹੀਂ ਹੁੰਦਾ। ਐਟਲੀਸਟ ਜੋ ਸਮੇਂ ਦੇ ਨਾਲ ਮੀਡੀਆ ਰਾਹੀਂ ਆਪਾਂ ਸ਼ੇਅਰ ਕਰਕੇ ਘਰ ਬੈਠ ਕੇ ਦਰਸ਼ਨ ਦੀਦਾਰੇ ਕਰ ਸਕਦੇ ਹਾਂ, ਇਹ ਮਾਲਕ ਦੀ ਕਿਰਪਾ ਹੈ। ਅੱਜ ਦੇਖੋ ਮੀਡੀਆ ਦਾ ਯੁੱਗ ਹੈ ਕਿ ਆਪ ਜੀ ਦੇ ਬਚਨ, ਆਪ ਜੀ ਦੇ ਜੋ ਜੀਵਨ ਦੀ ਇੱਕ ਬਹੁਤ ਵਡਮੁੱਲੀ, ਮੈਂ ਤਾਂ ਇਹ ਕਹਾਂ ਕਿ ਉਹ ਗੁਰਮੁਖ ਪਿਆਰੇ ਜੀ ਅਤਿ ਸਤਿਕਾਰਯੋਗ ਨੇ, ਜਿਹਨਾਂ ਦੀ ਬਹੁਤ ਵੱਡੀ ਇੱਕ ਦੇਣ ਆ ਜੀਵਨ ਵਿੱਚ, ਜਿੱਥੇ ਮਾਲਕ ਦੀ ਸੇਵਾ, ਮਾਲਕ ਦੇ ਦਰ ਦੀ ਕੀਰਤੀ ਕੀਤੀ ਨਾਲ ਕੀਰਤਨ ਕਰਕੇ ਬਹੁਤ ਕੁਛ ਸੰਗਤਾਂ ਦੀ ਝੋਲੀ ਵਿੱਚ ਪਾਇਆ ਜੋ ਆਮ ਇਨਸਾਨ ਨਹੀਂ ਕਰ ਸਕਦਾ। ਇਹ ਮਾਲਕ ਦੀ ਬਿਲਕੁਲ ਜੀ, ਉਹਦੀ ਮਿਹਰ ਹੋਵੇ ਤਾਂ ਹੀ ਇਹ ਸਭ ਕੁਝ ਹੋ ਸਕਦਾ, ਜੀ ਉਹਦੀ ਨਦਰ ਤੋਂ ਬਗੈਰ ਨਹੀਂ, ਤੇ ਕਰਾਉਣ ਵਾਲੇ ਵੀ ਸਤਿਗੁਰੂ ਆਪੇ ਹੀ ਨੇ, ਬੰਦਾ ਕੁਝ ਨਹੀਂ ਕਰ ਸਕਦਾ ਜੀ। ਬਿਲਕੁਲ, ਜਿਸ ਤਰ੍ਹਾਂ ਆਪ ਜੀ ਜਦੋਂ ਇਹਨਾਂ ਪਰਿਵਾਰਾਂ ਵਿੱਚ ਵਿਚਰਦੇ ਹੋ, ਜਦੋਂ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਦੇ ਹੋ, ਕਿ ਦੇਖੋ ਜਦੋਂ ਆਪਾਂ ਇੱਕ ਜਦੋਂ ਆਪਾਂ ਪਟਨਾ ਸਾਹਿਬ ਜਾਂਦੇ, ਆਪਾਂ ਨੂੰ ਸਵੇਰ ਨੂੰ 9 ਵਜੇ ਮਹਾਰਾਜ ਦੀ ਚੀਜ਼ਾਂ ਦੇ ਦਰਸ਼ਨ, ਖਿਡਾਵਾਂ ਦੇ ਦਰਸ਼ਨ ਕਰਾਉਂਦੇ ਹਨ, ਇੱਕ ਮਨ ਵਿੱਚ, ਇੱਕ ਸਿੱਖ ਦੇ ਮਨ ਵਿੱਚ ਬਹੁਤ ਵੱਡਾ ਇੱਕ ਵੈਰਾਗ ਵੀ ਆਉਂਦਾ ਕਿ ਸੱਚੇ ਪਾਤਸ਼ਾਹ ਰਹਿਮਤ ਕੀਤੀ ਕਿ ਸਾਨੂੰ ਦਰਸ਼ਨ ਕਰਨ ਦਾ ਆਪ ਜੀ ਨੇ ਸੁਭਾਗ ਸਮਾਂ ਬਖਸ਼ਿਆ, ਉੱਥੇ ਜਿਸ ਤਖ਼ਤ ਤੇ ਆਪ ਜੀ ਦਾ ਅਵਤਾਰ ਆਪ ਜੀ ਨੇ ਤਾਰਿਆ। ਇਸ ਤਰ੍ਹਾਂ ਜੋ ਆਪ ਜੀ ਨੇ ਦਰਸ਼ਨ ਕੀਤੇ, ਇੱਕ ਸਿੱਖ, ਚਲੋ ਆਪ ਜੀ ਦੇ ਸੇਵਾ ਮਾਰਗ ਨੇ ਨਿਭਾਈ, ਇੱਕ ਗੁਰਸਿੱਖ ਹੋਣ ਦੇ ਨਾਤੇ ਆਪ ਜੀ ਦੇ ਮਨ ਤੇ ਕਿਸ ਤਰ੍ਹਾਂ ਬੀਤਿਆ? ਬਹੁਤ, ਕਈ ਵਾਰੀ ਤੁਸੀਂ ਦੱਸੀ ਕੀ ਦੱਸਣ ਵਾਲੀ ਗੱਲ ਨਹੀਂ ਰਹਿ ਜਾਂਦੀ। ਸੋਚੀਦਾ ਵੀ ਮਹਾਰਾਜ ਕਿੱਡੀ ਤੂੰ ਮਿਹਰ ਕੀਤੀ ਹੈ, ਕਿੱਡੀ ਬਖਸ਼ਿਸ਼ ਕੀਤੀ ਹੈ, ਵੀ ਉਹ ਜਾਣੇ ਤੁਹਾਡੇ ਦਰਸ਼ਨ ਤੇ ਨਹੀਂ ਹੋਏ ਜਦੋਂ ਉਹਨਾਂ ਦੀਆਂ ਨਿਸ਼ਾਨੀਆਂ। ਹੁਣ ਜਦੋਂ ਪਰਮ ਸਿੰਘ, ਧਰਮ ਸਿੰਘ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਚੜ੍ਹਨ ਲੱਗੇ, ਤੇ ਉਹ ਮਹਾਰਾਜ ਜੀ ਦੀ ਜੁੱਤੀ ਦੇ ਥਰੋਂ ਤਲਾ ਉਹਦਾ ਵਿੱਚ ਵੱਜਿਆ, ਖੁਰੀ ਦੇ ਤੇ ਉਤਰ ਗਿਆ। ਉਹਨਾਂ ਨੇ ਉਹ ਜਿਹੜੀ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਤੇ ਜੋੜੇ ਦਾ ਤਲਾ ਸੀ ਥੋੜਾ ਉਖੜਿਆ, ਅਜੇ ਵੀ ਪਰਿਵਾਰ ਕੋਲ ਪਿਆ। ਜਦੋਂ ਏਦਾਂ ਮਸਤਕ ਨੂੰ ਲਾਈ ਤੇ ਇੰਜ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ, ਇੰਜ ਹੀ ਲੱਗਦਾ ਵੀ ਜਿਵੇਂ ਤੁਹਾਡੇ ਹੀ ਦਰਸ਼ਨ ਹੋ ਗਏ। ਉਹਨਾਂ ਦੇ ਹੱਥਾਂ ਦਾ ਬਹੁਤ ਸਾਰਾ ਸਮਾਨ, ਪਰਮ ਸਿੰਘ, ਧਰਮ ਸਿੰਘ, ਜਦੋਂ ਬਾਬਾ ਬੰਦਾ ਸਿੰਘ ਨੇ ਆਵਾਜ਼ ਮਾਰੀ ਵੀ ਆ ਜਾਓ, ਆਹ ਕੁਝ ਹੋ ਗਿਆ, ਤੇ ਉਹ ਜਦੋਂ ਲੜਨ ਵਾਸਤੇ ਗਏ, ਉਹ ਕਿਰਪਾਨਾਂ ਦੱਸ ਰਿਹਾ ਨੀ ਦਿਖਾਈਆਂ, ਮਹਿਸੂਸ ਹੁੰਦਾ ਸੀ ਉਹ ਯੋਧੇ ਜਿਹੜੇ ਉਸ ਵੇਲੇ ਦੇ, ਤੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਅਸੀਸਾਂ ਲੈਂਦੇ ਹੋਣਗੇ। ਗੁਰੂ ਮਹਾਰਾਜ ਜੀ ਦੇ ਆਪਣੇ ਜਦੋਂ ਗੁਰੂ ਸਾਹਿਬ ਜੀ ਨਦੀ ਵਿੱਚ ਹੀ ਨਿਕਲ ਰਹੇ ਸਨ ਸਰਸਾ ਵਿੱਚੋਂ, ਬਹੁਤ ਸਾਰਾ ਸਾਡਾ ਇਤਿਹਾਸ ਪਾਣੀ ਦੇ ਗੁਟਕੇ ਪਾਣੀ ਵਿੱਚ ਚਲੇ ਗਏ, ਪਾਣੀ ਦੇ ਵਿੱਚ ਭਿੱਜਿਆ ਹੋਇਆ ਗੁਟਕਾ ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਪਿਆ ਹੈ। ਜਦੋਂ ਤੁਸੀਂ ਐਸੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ, ਕੋਈ ਵੀ ਸਿੱਖ ਐਸਾ ਨਹੀਂ ਹੋ ਸਕਦਾ ਵੀ ਉਹਦੀ ਸੁਰਤ ਗੁਰੂ ਜੀ ਦੇ ਚਰਨਾਂ ਨਾਲ ਨਾਲ ਜੁੜ ਜਾਏ। ਬੇਸ਼ਰਤ ਅੰਦਰ ਤੁਹਾਡੀ ਸ਼ਰਧਾ ਕਿੰਨੀ ਹੈ, ਭਾਵਨਾ ਕਿੰਨੀ ਹੈ, ਬਸ ਉਹਨਾਂ ਦੀਆਂ ਨਿਸ਼ਾਨੀਆਂ ਵੇਖ ਕੇ ਇੱਕ ਵਾਰੀ ਤੇ ਬੰਦਾ ਮੰਤਰ ਮੁਗਧ ਹੋ ਜਾਂਦਾ ਸੀ। ਸੁਭਾਵਿਕ ਹੈ, ਜਿਹਨਾਂ ਦੇ ਅੰਦਰ ਪਿਆਰ ਹੈ ਜੁੜ ਜਾਂਦੇ ਨੇ। ਮੈਂ ਤੇ ਤੁਹਾਨੂੰ ਇਹੀ ਦੱਸਣਾ ਵੀ ਜਦੋਂ ਕੈਸੀਆਂ ਪਿਆਰ ਵਾਲੀਆਂ ਰੂਹਾਂ ਮਿਲਦੀਆਂ ਨੇ, ਉਹ ਇਸ ਕਰਕੇ ਮੈਨੂੰ ਵੇਖੇ ਜਾਂਦੇ ਰਹਿੰਦੇ ਵੀ ਤੁਸੀਂ ਮਹਾਰਾਜ ਜੀ ਦੇ ਸਮਾਨ ਨੂੰ ਹੱਥ ਲਾਇਆ ਹੋਇਆ। ਐਸੀ ਭਾਵਨਾ ਹੈ, ਇਹ ਵੀ ਉੱਚੇ ਭਾਗਾਂ ਦੀ ਨਿਸ਼ਾਨੀ ਹੈ। ਵਡਭਾਗਿਆਂ ਨੂੰ ਇਹ ਸੇਵਾ ਮਿਲਦੀ ਹੈ, ਵਡਭਾਗਿਆਂ ਨੂੰ ਇਹ ਨਤਮਸਤਕ ਹੋਣ ਦਾ, ਦਰਸ਼ਨ ਕਰਨ ਦੇ ਮਾਲਕ ਹੀ ਸਮਾਂ ਬਣਾਉਂਦਾ ਤੇ ਮਾਲਕ ਹੀ ਮਿਹਰ ਕਰਦਾ ਜੀ। ਇਹ ਆਪ ਜੀ ਦੀ ਕੋਈ ਮਾਲਕ ਦੀ ਰਹਿਮਤ ਹੈ, ਮਾਲਕ ਨੇ ਆਪ ਤੇ ਕਿਰਪਾ ਕੀਤੀ ਜੋ ਆਪ ਜੀ ਨੇ ਬਹੁਤ ਵੱਡਾ ਉਪਰਾਲਾ, ਕਿਉਂਕਿ ਇਹ ਮਾਲਕ ਕਿਸ ਕੋ ਉਦਮ ਬਖਸ਼ ਕੇ ਤੇ ਮਾਲਕ ਕਿਸ ਕੋ ਸੇਵਾ ਕਰਦੇ ਨੇ, ਕਿੰਨਾ ਸਮਾਂ ਨਿਕਲ ਗਿਆ ਹੈ, ਅੱਗੇ ਨਹੀਂ ਚੀਜ਼ ਹੋਈ ਸੀ, ਪਰ ਇਹ ਮਾਲਕ ਨੇ ਬੜੀ ਵੱਡੀ ਰਹਿਮਤ ਕੀਤੀ ਕਿ ਉਹਦੀ ਨਜ਼ਰ ਹੈ ਜੀ। ਜਿਵੇਂ ਕੋਸ਼ਿਸ਼ ਮੈਂ ਕਰਦਾ ਰਹਿੰਦਾ, ਹੁਣ ਮੈਂ ਜਦੋਂ ਕੈਨੇਡਾ ਗਿਆ ਸੀ ਤੇ ਮੈਨੂੰ ਕਿਸੇ ਨੇ ਦੱਸਿਆ
ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਜਿਹੜਾ ਛੱਲਾ ਪਾਇਆ ਹੋਇਆ ਸੀ, ਜਿਹਦੇ ਨਾਲ ਖਿੱਚਦੇ ਸੀਗੇ ਤੀਰ ਨੂੰ। ਹਾਂਜੀ ਜਦੋਂ ਆਪਾਂ ਮਾਛੀਵਾੜੇ ਦਾ ਜੇ ਇਤਿਹਾਸ ਮੈਂ ਨਹੀਂ ਸੁਣਾਉਣਾ ਜਦੋਂ, ਤੇ ਮੈਂ ਇਹ ਸੁਣਾਉਣਾ ਵੀ ਜਦੋਂ ਜਿਹੜੇ ਸਿੰਘ ਟੋਲਦੇ ਫਿਰਦੇ ਸੀ ਤੇ ਉਹਨਾਂ ਨੇ ਵੇਖਿਆ ਵੀ ਉਹ ਸਾਹਮਣੇ ਕੁਝ ਚਮਕਦਾ ਪਿਆ। ਭਾਈ ਵੀਰ ਸਿੰਘ ਨੇ ਲਿਖਿਆ ਵੀ ਉਹਨਾਂ ਦੇ ਹੱਥ ਵਿੱਚ ਉਹ ਜਿਹੜਾ ਸੀ ਛੱਲਾ ਪਾਇਆ ਹੋਇਆ ਸੀ, ਮੁੰਦਰੀ ਪਾਈ ਹੋਈ, ਜਿਹਦੇ ਨਾਲ ਕਮਾਨ ਤੇ ਰੱਖ ਕੇ ਤੀਰ ਨੂੰ ਖਿੱਚਦੇ ਸੀ, ਅੰਗੂਠੀ ਪਾਈ ਹੋਈ ਸੀ, ਉਹ ਚਮਕਦੀ ਪਈ ਸੀ। ਤੇ ਦਾਰਸ਼ਨਿਕ ਸੋਚਿਆ ਵੀ ਉਹ ਕਿਹਦੇ ਕੋਲ ਹੋਈ ਸੀ। ਇਸ ਤਰ੍ਹਾਂ ਮੈਂ ਭਾਈ ਵੀਰ ਸਿੰਘ ਨੂੰ ਪੜ੍ਹ ਕੇ ਤੇ ਮਹਾਨ ਕੋਸ਼ ਨੂੰ ਪੜ੍ਹ ਕੇ ਫਿਰ ਮੈਨੂੰ ਪਤਾ ਲੱਗਾ ਵੀ ਇੱਕ ਲੁਹਾਰ ਸੀ, ਇੱਥੇ ਲੁਧਿਆਣੇ ਦੇ ਲਾਗੇ ਪਿੰਡ ਹੈ, ਉਹ ਜਿਹੜਾ ਲੁਹਾਰ ਸੀ ਉਹਨੇ ਮਹਾਰਾਜ ਜੀ ਦੇ ਹੱਥ ਵਿੱਚੋਂ ਕੱਢੀ ਸੀ, ਕਿਉਂ ਫਸ ਗਈ ਸੀ ਵਿੱਚ। ਮੈਂ ਉਹਨਾਂ ਦੇ ਨਗਰ ਪਿੰਡ ਜਾ ਕੇ ਪਤਾ ਕੀਤਾ, ਉਹ ਕਹਿੰਦੇ ਨਹੀਂ ਜੀ, ਤੇ ਉਹ ਪਰਿਵਾਰ ਕੈਨੇਡਾ ਚਲਾ ਗਿਆ। ਫਿਰ ਦਸਰੇ ਕੈਨੇਡਾ ਗਏ, ਫਿਰ ਐਡਮਿੰਟਨ ਮੈਂ ਜਦੋਂ ਗਿਆ, ਮਹਾਰਾਜ ਜੀ ਨੇ ਸੌ ਬਣਾਇਆ ਉਸ ਪਰਿਵਾਰ ਨੂੰ ਟੋਲਿਆ, ਤੇ ਉਹਨਾਂ ਦੇ ਕੋਲ ਜਾ ਕੇ ਜਦੋਂ ਬੇਨਤੀ ਕੀਤੀ ਤੇ ਉਹਨਾਂ ਦੱਸਿਆ ਵੀ ਉਹ ਅੰਗੂਠੀ ਸਾਡੇ ਕੋਲ ਹੈ, ਉਹ ਲੁਹਾਰ ਪਰਿਵਾਰ ਜਿਹੜਾ ਸੀ ਅਸੀਂ ਸੀਗੇ, ਮਹਾਰਾਜ ਜੀ ਦੇ ਹੱਥ ਵਿੱਚੋਂ ਅਸੀਂ ਅੰਗੂਠੀ ਕੱਢੀ ਸੀ। ਇਸ ਤਰ੍ਹਾਂ ਦਾਸ ਕੋਸ਼ਿਸ਼ ਕਰਦਾ ਹੁੰਦਾ ਹੈ ਵੀ ਉਹਨਾਂ ਪਰਿਵਾਰਾਂ ਨੂੰ ਮੈਂ ਟੋਲਾਂ, ਇੱਕ ਤੇ ਜਿਹੜੀਆਂ ਉਹਨਾਂ ਨਾਲ ਗੱਲਾਂ ਹੋਈਆਂ ਮੈਂ ਸੁਣਾ ਤੇ ਸੰਗਤਾਂ ਨੂੰ ਸੁਣਾਵਾਂ, ਇੱਕ ਜਿਹੜਾ ਉਹਨਾਂ ਕੋਲ ਕੁਝ ਹੈ ਇਤਿਹਾਸ ਐਸੀ ਚੀਜ਼ ਉਹ ਮੈਂ ਸੰਗਤਾਂ ਨੂੰ ਦਿਖਾ ਦੇਵਾਂ। ਇਸ ਤਰ੍ਹਾਂ ਇਹਨਾਂ ਵਸਤੂਆਂ ਦੀ ਤਲਾਸ਼ ਕਰਕੇ ਦਸਰੇ ਆਪ ਸੰਗਤਾਂ ਦੇ ਅੱਗੇ ਦਿਖਾਉਂਦੇ। ਜੀ ਆਪਾਂ ਸਮਾਂ ਵੀ ਮੇਰੇ ਖਿਆਲ ਦਿਲ ਨਹੀਂ ਕਰਦਾ ਕਿ ਆਪਾਂ ਬੰਦ ਕਰੀਏ, ਪਰ ਸਮਾਂ ਵੀ ਹੋ ਜਾਣਾ ਹੈ। ਆਪ ਜੀ ਦੇਖੋ ਕਿ ਮੁਰਗ ਮਹਾਰਾਜ ਨੇ ਸਾਨੂੰ ਸਿੱਖਾਂ ਦੇ ਘਰ ਜਨਮ ਸਾਡਾ ਹੋਇਆ ਹੈ, ਸਾਨੂੰ ਅੱਛੇ ਸਿੱਖ ਜੀਵਨ ਜੋ ਮਹਾਰਾਜ ਨੇ ਸਾਨੂੰ ਸੇਧ ਬਖਸ਼ੀ ਹੈ ਉਸ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨ ਲਈ ਸਾਨੂੰ ਮਾਲਕ ਨੇ ਬਹੁਤ ਵੱਡਾ ਇੱਕ ਸੇਧ ਜੀਵਨ ਵਿੱਚ ਬਖਸ਼ੀ ਹੈ। ਤਨ ਮਨ ਧਨ ਨਾਲ ਸੇਵਾ ਕਰਨੀ, ਨਾਮ ਜਪਣਾ, ਕਹਿਣਾ ਚਾਹੋਗੇ ਤਾਂ ਜੋ ਕਿ ਜੋ ਆਪਣੇ ਦਰਸ਼ਕ ਸੁਣਦੇ ਹਨ ਕਿ ਜੋ ਅੱਜ ਕੱਲ੍ਹ ਦੇ ਸਮੇਂ 'ਚ ਆਪਾਂ ਦੇਖ ਰਹੇ ਹਾਂ, ਜੋ ਸਮੇਂ 'ਚ ਵਿਚਰ ਰਹੇ ਹਾਂ, ਕਿ ਮਹਾਰਾਜ ਦੀ ਕਿਰਪਾ ਹੈ ਕਿ ਅੱਜ ਆਪਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਕਿੰਨੀ ਦੁਨੀਆਂ ਹਜੇ ਵੀ ਨਤਮਸਤਕ ਹੋ ਆਉਂਦੀ ਹੈ ਤੇ ਹੋ ਕੇ ਜਾਂਦੀ ਹੈ, ਤੇ ਮਾਲਕ ਦੀ ਕਿੰਨੀ ਕਿਰਪਾ ਹੈ। ਪਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ, ਸਾਡੇ ਤੇ ਮਹਾਰਾਜ ਜੀ ਨੇ ਬਹੁਤ ਤਰਸ ਕੀਤਾ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਸਾਡੇ ਬੈਠੇ ਨੇ, ਜੋ ਸਾਡੇ ਲਈ ਗੁਰੂ ਨਾਨਕ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਗੁਜ਼ਾਰਨ ਵਾਸਤੇ ਸਾਡੇ ਕੋਲ ਇੱਕ ਬਹੁਤ ਵੱਡਾ ਖਜ਼ਾਨਾ, ਇੱਕ ਬੜੀ ਵੱਡੀ ਅਕਲ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਹੈ। ਕਿਹੜੀ ਗੱਲ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ? ਇੱਧਰ ਉੱਧਰ ਨਾ ਭਟਕੀਏ, ਬਸ ਭਾਵਨਾ ਬਣਾ ਕੇ ਅਰਦਾਸ ਕਰਕੇ ਹੁਕਮਨਾਮਾ ਲਈਏ ਤੇ ਗੁਰੂ ਨਾਨਕ ਬੋਲਦੇ ਨੇ ਤੂੰ ਕਿੱਧਰ ਨੂੰ ਜਾਣਾ ਹੈ, ਤੇ ਸੇਵਾ ਸਿਮਰਨ ਕਰੀਏ ਤੇ ਕਾਰ ਵਿਹਾਰ ਕਰਦਿਆਂ ਹੋਇਆਂ ਨਿਰੰਕਾਰ ਨਾਲ ਜੁੜੇ ਰਹੀਏ, ਜਿੱਥੇ ਆਪਣੇ ਘਰ ਪਰਿਵਾਰ ਬੱਚਿਆਂ ਦੀ ਪਾਲਣਾ ਕਰੀਏ ਉੱਥੇ ਮਹਾਰਾਜ ਜੀ ਨੇ ਜਿਹੜੀ ਸਾਨੂੰ ਸਮੱਤ ਬਖਸ਼ੀ ਹੈ ਨਾ, ਵੀ ਗਰੀਬ ਗੁਰਬੇ ਦਾ ਵੀ ਖਿਆਲ ਰੱਖੀਏ, ਜਿਹੜੇ ਦਸਵੰਧ ਕੱਢਦੇ ਨੇ ਸਮੇਂ ਦਾ ਵੀ ਤੇ ਧਨ ਦਾ ਵੀ, ਕੋਈ ਕਮੀ ਰਹਿੰਦੀ ਨੀ, ਮਹਾਰਾਜ ਆਪ ਮੇਰਾ ਵਰਤਦੇ ਨੇ, ਆਪ ਤੁਰਦੇ ਨੇ। ਜੀਵਨ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਮਹਾਰਾਜ ਸਾਡੇ 500 ਸਾਲ ਦੀ ਸ਼ਤਾਬਦੀ, ਪਿਛਲੇ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 350 ਸਾਲ ਸ਼ਤਾਬਦੀ 2017 ਵਿੱਚ ਆਪਾਂ ਨੂੰ ਮਨਾਉਣ ਦਾ ਸੁਭਾਗ ਸਮਾਂ ਮਾਲਕ ਨੇ ਬਖਸ਼ਿਆ। ਸ਼ਤਾਬਦੀ ਦੇ ਆਪਾਂ ਦੇਖਦੇ ਹਾਂ ਕਿ ਮਹਾਰਾਜ ਨੇ ਜਿੱਥੇ ਪਟਨਾ ਸਾਹਿਬ ਨੂੰ ਸੰਗਤਾਂ ਦੇ 350 ਸਾਲ ਦਰਸ਼ਨ ਦਿਦਾਰ ਵਾਸਤੇ ਐਸੀ ਇੱਕ ਮੰਚ ਪ੍ਰੇਰਨਾ ਉਠਾਈ ਕਿ ਜੋ ਤਖ਼ਤ ਤੇ ਬਹੁਤ ਘੱਟ ਲੋਕੀ ਡਰਦੇ ਮਰੇ ਨੇ ਉਹ ਵੀ ਜਾਣਾ ਸ਼ੁਰੂ ਹੋ ਗਏ, ਤੇ ਇਸ ਵਕਤ ਮਾਲਕ ਦੀ ਬੇਅੰਤ ਕਿਰਪਾ ਹੈ। ਉਸੇ ਤਰ੍ਹਾਂ ਪਾਕਿਸਤਾਨ ਤੇ ਸੁਲਤਾਨਪੁਰ ਲੋਧੀ ਦੀ ਆਪਾਂ ਗੱਲ ਕਰੀਏ, ਰਹਿਮਤਾਂ ਕੀਤੀਆਂ ਆਪ ਜੀ ਨੇ, ਜਿੱਥੇ ਆਪ ਜੀ ਨੇ ਸਾਰਾ ਜੀਵਨ ਸੇਵਾ ਵਿੱਚ ਲਾਇਆ, ਆਪ ਜੀ ਕੀ ਕਹਿਣਾ ਚਾਹੋਗੇ ਸ਼ਤਾਬਦੀ ਤੇ ਇੱਕ ਐਸੀ ਮਹਾਰਾਜ ਦੀ ਬਖਸ਼ਿਸ਼? ਆਪਾਂ ਦੇਖਦੇ ਹਾਂ ਕਿ ਮਹਾਰਾਜ ਜਿੱਥੇ ਕਰਤਾਰਪੁਰ ਦਾ ਲਾਂਘਾ ਖੁੱਲ ਗਿਆ, ਜਿਹੜੀ ਸੁਲਤਾਨਪੁਰ ਮਨਾਉਣੀ ਹੈ, ਜਿਹੜੀਆਂ ਸਿੱਖ ਸੰਗਤਾਂ ਨਹੀਂ ਗਈਆਂ ਉਹ ਵੀ ਗਈਆਂ, ਤੁਸੀਂ ਵੇਖੋ। ਬਿਲਕੁਲ, ਮੈਂ ਕਹਦਾ ਵੀ ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਨਕਾਣਾ ਸਾਹਿਬ ਜਾਈਏ ਵੀ ਅਸੀਂ ਇੱਥੇ ਸੁਲਤਾਨਪੁਰ ਵੀ ਨਹੀਂ ਗਏ ਕਦੀ। ਬਿਲਕੁਲ, ਬਾਬਾ ਜੀ ਨੇ ਸਾਰਾ ਸਮਾਂ ਤੇ ਸੁਲਤਾਨਪੁਰ ਲੰਘਾਇਆ ਤੇ ਸੁਲਤਾਨਪੁਰ ਹੀ ਜਾਇਆ ਜੀ, ਤੇ ਸੁਲਤਾਨਪੁਰ ਦੀ ਧਰਤੀ ਤੇ ਤੁਸੀਂ ਸਿਰ ਝੁਕਾ ਕੇ ਦੇਖੋ, ਤੁਹਾਨੂੰ ਇੰਝ ਲੱਗਦਾ ਵੀ ਇੱਥੇ ਹੀ ਨੇ ਗੁਰੂ ਨਾਨਕ, ਪਤਾ ਨੀ ਉਸ ਦੂਜੇ ਗੁਰਦੁਆਰੇ ਬੈਠੇ ਹੋਣੇ ਨੇ। ਇੰਨੀ ਸ਼ਰਧਾ ਨਾਲ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੇ ਤੁਹਾਨੂੰ ਗੁਰੂ ਨਾਨਕ ਦਾ ਮੋਹ ਜਿਹੜਾ ਉੱਥੇ ਮਿਲਦਾ ਹੈ। ਬਹੁਤ ਆਨੰਦ ਲਿਆ ਗੁਰਸਿੱਖ ਸੰਗਤਾਂ ਨੇ,
ਤੇ ਬਹੁਤ ਰਸ ਲਿਆ ਉਸ ਸ਼ਤਾਬਦੀ ਮਨਾ ਕੇ ਇੱਥੇ ਸੁਲਤਾਨਪੁਰ ਵੀ। ਬਿਲਕੁਲ ਜੀ, ਤੇ ਉੱਥੇ ਦੇਖ ਲਓ ਕਿ ਜਿਸ ਤਰ੍ਹਾਂ ਕਿ ਹੁਣ ਉੱਥੇ ਮੂਲ ਮੰਤਰ ਸਥਾਨ ਵੀ ਬਣਨਾ ਸ਼ੁਰੂ ਹੋ ਰਿਹਾ ਹੈ ਜਿਹੜਾ ਕਿ ਗੁਰੂ ਸੰਤ ਘਾਟ ਦੇ ਮਗਰ ਹੈ, ਜਿੱਥੇ ਮਹਾਰਾਜ ਨੇ ਸਾਡੀ ਝੋਲੀ ਵਿੱਚ ਮੂਲ ਮੰਤਰ ਜੀ ਸਾਹਿਬ ਤੋਂ 3 ਦਿਨ ਲੋਪ ਹੋ ਕੇ ਪ੍ਰਗਟ ਝੋਲੀ ਵਿੱਚ ਪਾਇਆ। ਆਪਾਂ ਜਦੋਂ ਕਾਲੀ ਬੇਹੀ ਦੇ ਦਰਸ਼ਨ ਕਰਦੇ ਹਾਂ, ਦੇਖੋ ਉਹ ਵੀ ਇੱਕ ਮਹਾਂਪੁਰਖਾਂ ਨੇ ਸੇਵਾ ਕਰਕੇ ਕਾਲੀ ਬੇਹੀ ਦਾ ਸਾਰਾ ਪਾਣੀ ਵਾਪਸ ਉਸ ਪੁਰਾਤਨ ਸਮੇਂ ਮਗਰ ਕੀਤਾ। ਵੱਡੀ ਮਾਲਕ ਦੀ ਕਿਰਪਾ ਹੈ ਜੀ ਜੀ। ਬਾਬਾ ਨਾਨਕ ਜੀ ਤੁਸੀਂ ਜਾਣਦੇ ਹੀ ਹੋ ਵੀ ਆਪਣੀ ਭੈਣ ਕੋਲ ਆ ਗਏ ਸਨ ਜੀ, ਤੇ ਵਿਆਹ ਵੀ ਭੈਣ ਨੇ ਕੀਤਾ। ਉੱਥੇ ਸਥਾਨ ਨੇ ਜਿੱਥੇ ਬਾਬਾ ਜੀ ਦਾ ਘਰ ਸੀ ਜੀ, ਬੇਬੇ ਨਾਨਕੀ ਦਾ ਘਰ ਸੀ, ਵਿਆਹ ਵੀ ਉਹਨਾਂ ਹੀ ਕੀਤਾ। ਤੇ ਫਿਰ ਜਦੋਂ ਲੰਬੀਆਂ ਉਦਾਸੀਆਂ ਤੋਂ ਬਾਅਦ ਬਾਬਾ ਜੀ ਇੱਕ ਦਿਨ ਮੋੜ ਆਏ ਆਪਣੇ ਘਰ ਨੂੰ, ਤੇ ਬਾਬਾ ਜੀ ਜਦੋਂ ਰਾਤ ਲੰਘੀ ਤੇ ਮਰਦਾਨਾ ਬਾਬੇ ਨਾਨਕ ਦੀਆਂ ਗੱਲਾਂ ਭੈਣ ਨੂੰ ਭਾਈਆ ਜੈ ਰਾਮ ਨੂੰ ਹੁਬ ਹੁਬ ਕੇ ਸੁਣਾ ਰਿਹਾ ਹੈ, ਤੇ ਭੈਣ ਕਹਿੰਦੀ ਹੈ ਮਰਦਾਨਿਆ ਇਹ ਗੱਲਾਂ ਕਿਸੇ ਹੋਰ ਨੂੰ ਨਾ ਸੁਣਾਈ, ਇਹ ਗੱਲਾਂ ਰੱਬੀ ਲੋਕਾਂ ਦੀਆਂ ਨਹੀਂ, ਕਈ ਵਾਰੀ ਦੂਜੇ ਲੋਕਾਂ ਦੇ ਸਮਝ ਵਿੱਚ ਨਹੀਂ ਆਉਂਦੀਆਂ, ਇਲਾਹੀ ਕੌਤਕ ਸੁਣਾ ਰਿਹਾ ਸੀ ਨਾ। ਇਸ ਤਰ੍ਹਾਂ ਰਾਤ ਲੰਘ ਗਈ ਸੀ ਤੇ ਬਾਬਾ ਜੀ ਅੰਮ੍ਰਿਤ ਵੇਲੇ ਉੱਠ ਕੇ ਬਈ ਨਦੀ ਤੇ ਇਸ਼ਨਾਨ ਕਰਨ ਚਲੇ ਗਏ, ਤੇ ਜਦੋਂ ਵਾਪਸ ਮੁੜ ਕੇ ਆ ਰਹੇ ਸੀ ਤੇ ਕੀ ਵੇਖਦੇ ਨੇ ਘਰ ਵਿੱਚ ਰੋਣ ਕਰਲਾਉਣ ਪਿਆ, ਮਰਦਾਨਾ ਵੀ ਬਾਹਰ ਉਦਾਸ ਹੋ ਕੇ ਖਲੋਤਾ, ਗੁਰੂ ਨਾਨਕ ਨੂੰ ਵੇਖ ਕੇ ਦੌੜ ਆਇਆ ਤੇ ਆ ਕੇ ਕੀ ਕਹਿੰਦਾ ਹੈ, ਕਹਿੰਦਾ ਬਾਬਾ ਜੀ ਬੇਬੇ ਭਾਣੀ ਵਰਤਾ ਗਈ ਹੈ, ਆਪਣੀ ਭੈਣ ਗੁਜ਼ਰ ਗਈ ਹੈ। ਮਹਾਰਾਜ ਜੀ ਨੇ ਭਾਈਆ ਜੈ ਰਾਮ ਨੂੰ ਵੀ ਦਿਲਾਸਾ ਦਿੱਤਾ, ਮਰਦਾਨੇ ਤੇ ਹੋਰ ਪ੍ਰੇਮੀਆਂ ਨੂੰ ਵੀ ਸਾਂਭਿਆ, ਆਪਣੀ ਭੈਣ ਦਾ ਸੰਸਕਾਰ ਕੀਤਾ। ਅਜੇ ਸੇਵਾ ਠੰਡਾ ਹੀ ਨਹੀਂ ਸੀ ਹੋਇਆ, 2 ਦਿਨ ਹੀ ਬੀਤੇ ਸਨ ਤੇ ਭਾਈਆ ਜੈ ਰਾਮ ਵੀ ਸਰੀਰ ਛੱਡ ਗਏ, ਬਾਬਾ ਜੀ ਦੇ ਜੀਜਾ ਜੀ ਵੀ ਸਰੀਰ ਛੱਡ ਗਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਜੇ ਦਾ ਵੀ ਸੰਸਕਾਰ ਕੀਤਾ ਤੇ ਭੈਣ ਤੇ ਜੀਜੇ ਦੀਆਂ ਦੋਨਾਂ ਦੀਆਂ ਅਸਥੀਆਂ ਇਕੱਠਿਆਂ ਦੀਆਂ ਬੇਈ ਨਦੀ ਵਿੱਚ ਤਾਰ ਕੇ ਤੇ ਬਾਬਾ ਨਾਨਕ ਜੀ ਸੁਲਤਾਨਪੁਰ ਦੀ ਧਰਤੀ ਤੋਂ ਚਲੇ ਗਏ, ਫਿਰ ਨਹੀਂ ਮੁੜ ਕੇ ਸੁਲਤਾਨਪੁਰ ਆਏ। ਇਸ ਤਰ੍ਹਾਂ ਦਾ ਇਤਿਹਾਸ ਬੜਾ ਪਿਆਰਾ ਇਤਿਹਾਸ ਹੈ, ਉੱਥੇ ਦਾ ਇੱਕ ਇੱਕ ਚੱਪਾ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਭਾਵਨਾ ਨਾਲ ਭਰਿਆ ਪਿਆ, ਤੇ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਵੀ ਸ਼ਤਾਬਦੀ ਤੇ ਜ਼ਰੂਰ ਉੱਥੇ ਨਮਸਕਾਰ ਕਰਨੀ ਚਾਹੀਦੀ ਹੈ, ਗੁਰੂ ਨਾਨਕ ਦੀਆਂ ਮਿਹਰਾਂ ਲੈਣੀਆਂ ਚਾਹੀਦੀਆਂ। ਹਾਂਜੀ, ਜਿਸ ਤਰ੍ਹਾਂ ਆਪ ਵੀ ਜ਼ਿਕਰ ਕਰ ਰਹੇ ਹੋ, ਜਦੋਂ ਵੀ ਕਦੀ ਕਿਸੇ ਨੂੰ ਮੌਕਾ ਮਿਲੇ ਜ਼ਰੂਰ ਹਰ ਜਿੱਥੇ ਜਿੱਥੇ ਵੀ ਆਪ ਜਾ ਸਕੋ, ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਕਿੰਨੇ ਅਸਥਾਨ ਨੇ, ਜਿੱਥੇ ਵੀ ਆਪ ਜਾ ਸਕੋ ਜ਼ਰੂਰ ਜਾ ਕੇ ਮਹਾਰਾਜ ਦੀ ਅਸੀਸ ਲਈਏ, ਮਹਾਰਾਜ ਦੀਆਂ ਖੁਸ਼ੀਆਂ ਲਈਏ, ਦਰਸ਼ਨ ਦੀਦਾਰੇ ਕਰੀਏ, ਤੇ ਤਾਂ ਜੋ ਕਿ ਸਾਨੂੰ ਵੀ ਸਮਝ ਪੈ ਸਕੇ ਕਿ ਇੱਥੇ ਮਹਾਰਾਜ ਨੇ ਕੀ ਬਖਸ਼ਿਸ਼ਾਂ ਕੀਤੀਆਂ ਸੀ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਅਸਥਾਨਾਂ ਦੇ ਦਰਸ਼ਨ ਕਰਕੇ ਇਤਿਹਾਸ ਜਾਣ ਕੇ ਸਾਡੀ ਭਾਵਨਾ ਬਣਦੀ ਹੈ ਜੀ, ਜੇ ਸਾਡੇ ਅੰਦਰ ਭਾਵਨਾ ਨਹੀਂ ਤੇ ਫਿਰ ਪ੍ਰੀਤ ਨਹੀਂ ਬਣਦੇ, ਭਾਵਨ ਭਾਵ ਭਗਤ ਨਾ ਹੋਏ ਤੇਰੀ, ਜੇ ਅੰਦਰ ਪ੍ਰੀਤ ਨਹੀਂ ਭਾਵਨੀ ਨਹੀਂ ਤੇ ਫਿਰ ਪ੍ਰੀਤ ਨਹੀਂ ਬਣ ਸਕਦੀ। ਇਸ ਲਈ ਅਸਥਾਨਾਂ ਦੇ ਦਰਸ਼ਨ ਕਰੀਏ, ਇਤਿਹਾਸ ਦਾ ਰਸ ਮਾਣੀਏ ਤੇ ਗੁਰੂ ਨਾਲ ਪ੍ਰੀਤ ਕਰੀਏ। ਹਾਂਜੀ ਬਿਲਕੁਲ ਬਿਲਕੁਲ, ਤੇ ਭਾਈ ਜਵਿੰਦਰ ਸਿੰਘ ਮੇਰੇ ਖਿਆਲ ਆਪਣਾ ਸਮਾਂ ਵੀ ਲਾਗੇ ਹੋ ਚੱਲਿਆ ਹੈ। ਬਹੁਤ ਧੰਨਵਾਦ ਜੀ, ਮੈਂ ਤੇ ਆਪਣੇ ਚੰਗੇ ਭਾਗ ਸਮਝਦਾ ਕਿ ਅੱਜ ਸੰਗਤ ਟੀਵੀ ਤੋਂ ਮੈਂ ਸੰਗਤਾਂ ਨਾਲ ਸਾਂਝ ਤੁਹਾਡੇ ਕਰਕੇ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਇਸ ਲਾਇਕ ਸਮਝਿਆ। ਕੀਰਤਨ ਤੇ ਤੁਸੀਂ ਸੁਣਾਉਂਦੇ ਰਹਿੰਦੇ ਹੋ, ਨਿਸ਼ਾਨੀਆਂ ਵੀ ਤੁਸੀਂ ਦਿਖਾਉਂਦੇ ਰਹਿੰਦੇ ਹੋ, ਜਦੋਂ ਸੰਗਤਾਂ ਦੇ ਫੋਨ ਆਉਂਦੇ ਨੇ ਮੈਨੂੰ, ਇਕੱਲੇ ਜੂਕੇ ਨੇ, ਮੈਨੂੰ ਲੱਗਦਾ ਬਹੁਤ ਪੂਰੇ ਵਰਲਡ ਵਿੱਚ ਹੀ ਤੁਹਾਡਾ ਚੈਨਲ ਚੱਲਦਾ। ਸੰਗਤ ਟੀਵੀ ਤੋਂ ਅਸੀਂ ਇਹ ਨਿਸ਼ਾਨੀ ਦੇਖੀ, ਇਹ ਸ਼ਬਦ ਸੁਣਿਆ, ਖੁਸ਼ੀ ਹੁੰਦੀ ਹੈ ਕਿ ਸੰਗਤ ਟੀਵੀ ਜਿਹੜਾ ਉਹ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਜਿਹੜਾ ਉਹ ਪਾ ਰਿਹਾ ਸੀ। ਬਹੁਤ ਧੰਨਵਾਦ ਹੈ ਜੀ ਤੁਹਾਡਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਦਿਲ ਨਹੀਂ ਕਰਦਾ ਕਿ ਆਪਾਂ ਗੱਲਬਾਤ ਦਾ ਸਿਲਸਿਲਾ ਬੰਦ ਕਰੀਏ, ਕਿਉਂਕਿ ਐਸਾ ਸਮਾਂ ਬਣ ਜਾਂਦਾ ਹੈ ਕਿ ਦਿਲ ਕਰਦਾ ਕਿ ਆਪ ਜੀ ਬੋਲਦੇ ਰਹੋ, ਤੁਸੀਂ ਸਾਰੇ ਸਰਵਣ ਕਰਦੇ ਰਹੀਏ, ਪਰ ਸਮੇਂ ਨੂੰ ਵੀ ਦੇਖਣਾ ਪੈਂਦਾ ਹੈ। ਮਾਲਕ ਕਿਰਪਾ ਕਰਨ, ਕਦੀ ਫੇਰ ਮੌਕਾ ਬਣੇ ਆਪ ਜੀ ਦਰਸ਼ਨ ਦੀਦਾਰੇ ਕਰਾਂਗੇ, ਤੇ ਸੰਗਤਾਂ ਦੇ ਨਾਲ ਹੋਰ ਖਜ਼ਾਨਾ ਜੋ ਆਪ ਜੀ ਪਾਸ ਹੈ ਉਹ ਵੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਨਾਲੇ ਮੈਂ ਬੇਨਤੀ ਕਰ ਦੇਵਾਂ ਵੀ ਛੇਤੀ ਜੂਕੇ ਮਾਹੌਲ ਠੀਕ ਹੋ ਜਾਵੇ ਤੇ ਜੂਕੇ ਆਵਾਂਗੇ, ਤੁਹਾਡਾ ਸਹਿਯੋਗ ਲੈ ਕੇ ਕੁਝ ਨਿਸ਼ਾਨੀਆਂ ਵੀ ਲੈ ਕੇ ਆਵਾਂਗੇ ਜੋ ਆਪਾਂ ਜਗ੍ਹਾ ਜਗ੍ਹਾ ਸੰਗਤਾਂ ਨੂੰ ਜ਼ਰੂਰ ਦਿਖਾਉਣ ਜਾਵਾਂਗੇ। ਮਾਲਕ ਕਿਰਪਾ ਕਰਨ ਜੀ, ਆਪ ਜੀ ਸਾਰੇ ਆਪਾਂ ਹੀ ਅਰਦਾਸ ਕਰਦੇ, ਸੱਚੇ ਪਾਤਸ਼ਾਹ ਰਹਿਮਤ ਕਰੋ, ਸਮਾਂ ਬਖਸ਼ੋ, ਮੁੜ ਕੇ ਸੰਗਤਾਂ ਜੁੜਨ, ਨਤਮਸਤਕ ਹੋਣ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ,
ਇਸ ਵੇਲੇ ਆਪਾਂ ਸਾਰੇ ਅਰਦਾਸ ਕਰਦੇ ਹਾਂ, ਹੈ ਨਾ ਜੀ। ਧੰਨਵਾਦ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਲਈਏ ਜੀ ਆਗਿਆ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।